ਗੁਰਵਿੰਦਰ ਸਿੰਘ ਦੀ ਪੁਸਤਕ ਮੀਆਂ ਹਿੰਡ ਬੁਰੀ ਹੁੰਦੀ ਦਾ ਨੌਵਾਂ। ਦੁਨੀਆਂ ਵਿੱਚ ਹਰ ਰੋਜ਼ ਹਜ਼ਾਰਾਂ ਲੱਖਾਂ ਘਟਨਾਵਾਂ ਘਟਦੀਆਂ ਰਹਿੰਦੀਆਂ ਹਨ। ਕੁਝ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਕਿ ਸ਼ਾਇਦ ਨਹੀਂ ਟਾਲੀਆਂ ਜਾ ਸਕਦੀਆਂ, ਕੁਝ ਟਲਣ ਯੋਗ ਵੀ ਹੁੰਦੀਆਂ ਹਨ ਪਰ ਕਿਸੇ ਕਾਰਨ ਨਾ ਟਲ ਸਕੀਆਂ। ਇੱਥੇ ਕੁਝ ਘਟਨਾਵਾਂ ਲਿਖੀਆਂ ਜਾ ਰਹੀਆਂ ਹਨ, ਇਹ ਬਿਲਕੁਲ ਸੱਚੀਆਂ ਪਰ ਨਾਮ ਵਗੈਰਾ ਇਸ ਕਰਕੇ ਨਹੀਂ ਲਿਖੇ ਜਾ ਰਹੇ ਜਾਂ ਥੋੜ੍ਹਾ ਜਿਹਾ ਬਦਲ ਕੇ ਲਿਖੇ ਜਾ ਰਹੇ ਕਿ ਪਤਾ ਨਹੀਂ ਉਹ ਲੋਕ ਜਿਨ੍ਹਾਂ ਨਾਲ ਇਹ ਘਟਨਾਵਾਂ ਘਟੀਆਂ ਆਪਣੀਆਂ ਕਹਾਣੀਆਂ ਨੂੰ ਇੰਜ ਲਿਖਣਾ ਪਸੰਦ ਕਰਨਗੇ ਜਾਂ ਨਹੀਂ। ਗੁਰਵਿੰਦਰ ਦੇ ਇੱਕ ਰਿਸ਼ਤੇਦਾਰ ਲੁਧਿਆਣੇ ਕੋਲ ਇੱਕ ਪਿੰਡ 'ਚ ਰਹਿੰਦੇ ਸੀ। ਉਹ ਅਮਰਗੜ੍ਹ ਨੇੜੇ ਪਿੰਡ ਮੋਹਾਲੀ ਵਿੱਚ ਬਾਬਾ ਨਰਾਇਣ ਸਿੰਘ ਮੋਨੀ ਦੇ ਅਸਥਾਨ 'ਤੇ ਆਇਆ ਕਰਦੇ ਸੀ। ਇੱਕ ਵਾਰ ਉਹ ਇੱਥੇ ਆਏ ਹੋਏ ਸੀ, ਫਿਰ ਬਾਬੇ ਨੂੰ ਕਹਿਣ ਲੱਗੇ ਕਿ ਹੁਣ ਅਸੀਂ ਚੱਲਦੇ ਹਾਂ। ਅੱਗੋਂ ਬਾਬਾ ਕਹਿਣ ਲੱਗਾ ਕਿ ਚਲੋ ਅੱਧਾ ਕੁ ਘੰਟਾ ਹੋਰ ਰੁਕ ਜਾਓ। ਇਹ ਤਾਂ ਉਹ ਕਹਿਣ ਲੱਗੇ ਕਿ ਇਸ ਤਰ੍ਹਾਂ ਅਸੀਂ ਲੇਟ ਹੋ ਜਾਵਾਂਗੇ, ਸਾਡੇ ਘਰ ਇੱਕ ਰਿਸ਼ਤੇਦਾਰ ਔਰਤ ਆਈ ਹੋਈ ਹੈ, ਘਰ ਜਾ ਕੇ ਉਹਨੂੰ ਵੀ ਉਹਦੇ ਪਿੰਡ ਛੱਡ ਕੇ ਆਉਣਾ। ਉਹਨਾਂ ਦੀ ਗੱਲ ਸੁਣ ਕੇ ਬਾਬਾ ਕਹਿਣ ਲੱਗਾ ਕਿ ਚਲੋ ਤੁਹਾਡੀ ਮਰਜ਼ੀ। ਇਸ 'ਤੇ ਉਹ ਲੋਕ ਆਪਣੇ ਪਿੰਡ ਨੂੰ ਚੱਲ ਪਏ। ਰਸਤੇ 'ਚ ਉਹਨਾਂ ਦੀ ਜੀਪ ਦਾ ਇੱਕ ਟਰੱਕ ਨਾਲ ਐਕਸੀਡੈਂਟ ਹੋ ਗਿਆ। ਇਸ 'ਚ ਜਾਨ ਤਾਂ ਕਿਸੇ ਦੀ ਨਹੀਂ ਗਈ ਪਰ ਜੀਪ ਦਾ ਕਾਫ਼ੀ ਨੁਕਸਾਨ ਹੋ ਗਿਆ। ਇਹ ਗੱਲ ਪਤਾ ਲੱਗਣ ਤੋਂ ਬਾਅਦ ਗੁਰਵਿੰਦਰ ਨੂੰ ਉਸ ਬਾਬੇ 'ਤੇ ਬਹੁਤ ਗੁੱਸਾ ਆਇਆ ਕਰੇ ਕਿ ਜੇ ਉਹਨੂੰ ਪਤਾ ਸੀ ਤਾਂ ਉਹਨੇ ਉਹਨਾਂ ਨੂੰ ਕਿਉਂ ਜਾਣ ਦਿੱਤਾ, ਉਹਨਾਂ ਨੂੰ ਮਜਬੂਰ ਕਰਕੇ ਬਿਠਾਉਂਦਾ। ਇਹ ਗੱਲ ਦੀ ਗੰਢ ਅਖੀਰ ਗੁਰਜੀਤ ਸਿੰਘ ਨੇ ਖੋਲ੍ਹੀ। ਉਹ ਕਹਿਣ ਲੱਗਾ ਕਿ ਅਸਲ 'ਚ ਬਾਬੇ ਨੂੰ ਵੀ ਅੱਗੇ ਵਾਪਰਨ ਵਾਲੀ ਕਿਸੇ ਗੱਲ ਬਾਰੇ ਕੁਝ ਪਤਾ ਨਹੀਂ ਸੀ। ਕੋਈ ਕੁਦਰਤੀ ਸ਼ਕਤੀ ਜਿਹਨੂੰ ਇਹ ਸਭ ਕੁਝ ਵਾਪਰਦਾ ਦਿਸ ਰਿਹਾ ਸੀ ਅਤੇ ਜਿਹੜੀ ਤੁਹਾਡੇ ਰਿਸ਼ਤੇਦਾਰਾਂ ਦੀ ਰੱਖਿਆ ਕਰਨੀ ਚਾਹੁੰਦੀ ਸੀ, ਇਸ ਘਟਨਾ ਨੂੰ ਟਾਲਣਾ ਚਾਹੁੰਦੀ ਸੀ। ਅਸਲ 'ਚ ਉਹ ਬਾਬੇ ਦੇ ਰਾਹੀਂ ਅਖਵਾ ਰਹੀ ਸੀ ਕਿ ਤੁਸੀਂ ਅੱਧਾ ਘੰਟਾ ਹੋਰ ਰੁਕ ਜਾਓ। ਬਾਬਾ ਤਾਂ ਸਿਰਫ ਇੱਕ ਜ਼ਰੀਆ ਸੀ ਇਸ ਘਟਨਾ ਨੂੰ ਟਾਲਣ ਦਾ, ਹੋਰ ਬਾਬੇ ਨੂੰ ਖੁਦ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਅਤੇ ਗੁਰਜੀਤ ਸਿੰਘ ਦੀ ਗੱਲ ਤੋਂ ਬਾਅਦ ਗੁਰਵਿੰਦਰ ਨੂੰ ਵੀ ਲੱਗਾ ਕਿ ਉਹ ਐਵੇਂ ਹੀ ਬਾਬੇ 'ਤੇ ਗੁੱਸਾ ਕਰਦਾ ਰਿਹਾ। ਗੁਰਵਿੰਦਰ ਦੇ ਨਾਲ ਦੇ ਪਿੰਡੋਂ ਕਿਸੇ ਦੇ ਰਿਸ਼ਤੇਦਾਰ ਲੁਧਿਆਣੇ ਰਹਿੰਦੇ ਸੀ ਅਤੇ ਪਿੰਡ ਉਹਨਾਂ ਦੇ 47 ਕਿੱਲੇ ਜ਼ਮੀਨ ਦੇ ਸੀ, ਪਰ ਆਪ ਉਹ ਲੁਧਿਆਣੇ ਆ ਕੇ ਰਹਿਣ ਲੱਗ ਪਏ। ਉਹਨਾਂ ਦੇ ਇੱਕੋ ਔਲਾਦ ਲੜਕਾ ਸੀ। 10ਵੀਂ ਪਾਸ ਕਰਨ ਤੋਂ ਬਾਅਦ ਉਹ ਮੁੰਡਾ ਆਪਣੇ ਮਾਪਿਆਂ ਨੂੰ ਆਖਣ ਲੱਗਾ ਕਿ ਮੈਂ ਨਹੀਂ ਪੜ੍ਹਨਾ, ਪਰ ਘਰ ਦੇ ਉਹਨੂੰ ਪੜ੍ਹਨੋਂ ਕਿਵੇਂ ਹਟਵਾ ਸਕਦੇ ਸੀ। ਮੁੰਡੇ ਨੇ ਬਥੇਰਾ ਕਿਹਾ ਵੀ ਉਹਨੇ ਨਹੀਂ ਪੜ੍ਹਨਾ, ਪਰ ਘਰ ਵਾਲੇ ਨਹੀਂ ਮੰਨੇ। ਮੁੰਡਾ ਪੜ੍ਹਾਈ 'ਚ ਵੀ ਹੁਸ਼ਿਆਰ ਸੀ। ਖੈਰ, ਮੁੰਡੇ ਨੂੰ 11ਵੀਂ ਜਮਾਤ 'ਚ ਪੜ੍ਹਨ ਲਾ ਦਿੱਤਾ ਗਿਆ। ਹਾਲੇ ਪੜ੍ਹਨ ਜਾਂਦੇ ਨੂੰ 4 ਕੁ ਮਹੀਨੇ ਹੋਏ ਸੀ ਕਿ ਉਹਨੇ ਆਪਣੇ ਘਰਦਿਆਂ ਨੂੰ ਕਿਹਾ ਕਿ ਉਹ ਆਪਣੀ ਕਲਾਸ 'ਚ ਆਪਣੇ ਨਾਲ ਪੜ੍ਹਦੀ ਇੱਕ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ। ਘਰ ਵਾਲੇ ਇਹ ਸੁਣ ਕੇ ਹੈਰਾਨ ਰਹਿ ਗਏ, ਇਹ ਕੋਈ ਵਿਆਹ ਦੀ ਉਮਰ ਹੈ? ਉਹਨਾਂ ਨੂੰ ਸਮਝਾਇਆ ਕਿ ਪਹਿਲਾਂ ਪੜ੍ਹ ਲੈ, ਬਾਅਦ 'ਚ ਜਿੱਥੇ ਤੇਰਾ ਜੀ ਕਰੂਗਾ ਵਿਆਹ ਕਰਵਾ ਲਈ। ਪਰ ਉਹ ਮੁੰਡਾ ਕਹੇ ਕਿ ਮੈਂ ਤਾਂ ਹੁਣੇ ਵਿਆਹ ਕਰਵਾਉਣਾ। ਉਸੇ ਵੇਲੇ ਵਿਆਹ ਕਰਵਾਉਣ ਵਾਸਤੇ ਉਹਦੇ ਘਰ ਵਾਲੇ ਕਿੱਥੋਂ ਮੰਨ ਸਕਦੇ ਸੀ? ਉਹਨਾਂ ਨੇ ਮੁੰਡੇ ਨੂੰ ਥੋੜ੍ਹਾ ਝਿੜਕਿਆ ਵੀ ਇਸ ਉਮਰ 'ਚ ਤੇਰਾ ਵਿਆਹ ਕਿਵੇਂ ਕਰ ਦਈਏ, ਪੜ੍ਹ ਲਿਖ ਕੇ ਕਰਵਾ ਲਈ ਉਸੇ ਕੁੜੀ ਨਾਲ ਵਿਆਹ। ਖੈਰ, ਮੁੰਡੇ ਨੇ ਗੱਲ ਅਜਿਹੀ ਦਿਲ 'ਤੇ ਲਾਈ ਕਿ ਕੁਝ ਖਾ ਕੇ ਮਰ ਗਿਆ। ਹੁਣ ਕੀ ਹੋ ਸਕਦਾ ਸੀ, ਇੱਕੋ ਇੱਕ ਮੁੰਡਾ ਸੀ, ਘਰ ਪੱਟਿਆ ਗਿਆ। ਬਾਅਦ 'ਚ ਮੁੰਡੇ ਦੇ ਮਾਂ ਪਿਓ ਬਥੇਰਾ ਕਹਿੰਦੇ ਫਿਰਨ ਕਿ ਜੇ ਇਉਂ ਪਤਾ ਹੁੰਦਾ ਇਹਦਾ ਵਿਆਹ ਉਸੇ ਵੇਲੇ ਉੱਥੇ ਹੀ ਕਰ ਦਿੰਦੇ, ਪਰ ਹੁਣ ਤਾਂ ਵੇਲਾ ਬੀਤ ਗਿਆ ਸੀ। ਅਸਲ 'ਚ ਇੱਥੇ ਵੀ ਉਸ ਪਰਿਵਾਰ ਦੇ ਕਈ ਵੱਡੇ ਵਡੇਰੇ ਜਾਂ ਕੋਈ ਕੁਦਰਤੀ ਸ਼ਕਤੀ ਜਿਹਨੂੰ ਆਉਣ ਵਾਲੇ ਸਮੇਂ 'ਚ ਇਹ ਘਟਨਾ ਘਟਦੀ ਦਿਸ ਰਹੀ ਸੀ, ਉਸ ਮੁੰਡੇ ਦੇ ਮੂੰਹੋਂ ਅਖਵਾ ਰਹੀ ਸੀ ਕਿ ਮੈਂ ਪੜ੍ਹਨਾ ਨਹੀਂ ਹੈ। ਨਾ ਪੜ੍ਹਨ ਵਾਲੀ ਗੱਲ ਮੁੰਡਾ ਆਪਣੇ ਤੌਰ 'ਤੇ ਨਹੀਂ ਕਹਿ ਰਿਹਾ ਸੀ, ਸਗੋਂ ਉਹਨਾਂ ਦੀ ਭਲਾਈ 'ਚ ਆਉਣ ਵਾਲੀ ਕੋਈ ਸ਼ਕਤੀ ਉਹਦੇ ਮੂੰਹੋਂ ਅਖਵਾ ਰਹੀ ਸੀ। ਇਹ ਸ਼ਕਤੀ ਉਹਨੂੰ ਪੜ੍ਹਨੋਂ ਹਟਾ ਕੇ ਉਹਨੂੰ ਅਨਪੜ੍ਹ ਨਹੀਂ ਸੀ ਰੱਖਣਾ ਚਾਹੁੰਦੀ, ਸਿਰਫ ਅੱਗੇ ਦਿਸਣ ਵਾਲੀ ਉਹਦੀ ਮੌਤ ਨੂੰ ਟਾਲਣਾ ਚਾਹੁੰਦੀ ਸੀ। ਇਹਦਾ ਹੱਲ ਸਿਰਫ ਤੇ ਸਿਰਫ ਇਹ ਸੀ ਕਿ ਉਹਦਾ ਸਕੂਲ ਬਦਲ ਦਿੱਤਾ ਜਾਂਦਾ। ਜਿਵੇਂ ਕਹਿੰਦੇ ਨੇ ਵੀ ਕਿਸੇ ਘਟਨਾ ਦੇ ਵਾਪਰਨ ਵਾਸਤੇ 3 ਚੀਜ਼ਾਂ ਦਾ ਮਿਲਾਨ ਜ਼ਰੂਰੀ ਹੈ, ਸਮਾਂ, ਸਥਾਨ ਤੇ ਪਾਤਰ। ਇਹਨਾਂ 3 ਵਿੱਚੋਂ 1 ਦੇ ਵੀ ਬਦਲਣ ਨਾਲ ਵੱਡੀ ਤੋਂ ਵੱਡੀ ਘਟਨਾ ਟਲ ਜਾਂਦੀ। ਉਸ ਮੁੰਡੇ ਦਾ ਜਾਂ ਤਾਂ ਸਕੂਲ ਬਦਲ ਦਿੱਤਾ ਜਾਂਦਾ ਅਤੇ ਜਾਂ ਉਹ 1 ਸਾਲ ਵਾਸਤੇ ਪੜ੍ਹਾਈ ਛੱਡ ਦਿੰਦਾ। ਹੋਰ ਕੋਈ ਹੱਲ ਨਹੀਂ ਸੀ। ਇਹ ਨਹੀਂ ਕਿ ਉਸ ਮੁੰਡੇ ਨੇ ਹਰ ਇੱਕ ਸਕੂਲ 'ਚ ਜਾ ਕੇ ਇੱਕ ਭਸੂੜੀ ਖੜੀ ਕਰਨੀ ਸੀ ਕਿ ਮੈਂ ਫਲਾਣੀ ਕੁੜੀ ਨਾਲ ਵਿਆਹ ਕਰਵਾਉਣਾ, ਅਤੇ ਜਿਸ ਕੁੜੀ ਨੇ ਇੱਕਦਮ ਗੋਲੀ ਵਾਂਗ ਉਹਦੇ 'ਤੇ ਅਸਰ ਕਰਨਾ ਸੀ ਉਹਨੂੰ ਤੁਰੰਤ ਵਿਆਹ ਕਰਵਾਉਣ ਦਾ ਫੈਸਲਾ ਲੈਣ ਬਾਰੇ ਮਜਬੂਰ ਕਰਨਾ ਸੀ। ਉਹ ਸਿਰਫ ਤੇ ਸਿਰਫ ਉਸੇ ਸਕੂਲ 'ਚ ਪੜ੍ਹਦੀ ਸੀ, ਬਾਕੀ ਸਭ ਸਕੂਲ ਉਸ ਤੋਂ ਮੁਕਤ ਸੀ।
ਗੁਰਵਿੰਦਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੀ ਇੱਕ ਅਜਿਹੀ ਕੁੜੀ ਵੀਰਪਾਲ ਬਾਰੇ ਪਤਾ ਹੈ ਜਿਹੜੀ ਉਸ ਇੰਸਟੀਚਿਊਟ 'ਚ ਨਹੀਂ ਸੀ ਪੜ੍ਹਨਾ ਚਾਹੁੰਦੀ ਜਿੱਥੇ ਉਹਦੇ ਘਰ ਵਾਲੇ ਉਹਨੂੰ ਪੜ੍ਹਾਉਣਾ ਚਾਹੁੰਦੇ ਸੀ। ਘਰ ਵਾਲਿਆਂ ਵੱਲੋਂ ਉੱਥੇ ਪੜ੍ਹਾਉਣ ਦਾ ਕਾਰਨ ਇਹ ਸੀ ਕਿ ਉਸ ਇੰਸਟੀਚਿਊਟ 'ਚ ਉਹਨਾਂ ਦੀ ਰਿਸ਼ਤੇਦਾਰੀ 'ਚੋਂ ਇੱਕ ਕੁੜੀ ਪੜ੍ਹਦੀ ਸੀ। ਖੈਰ, ਕੁੜੀ ਨੂੰ ਜ਼ਬਰਦਸਤੀ ਉੱਥੇ ਪੜ੍ਹਨ ਲਾ ਦਿੱਤਾ ਗਿਆ। ਅੱਗੇ ਭਾਣਾ ਇਹ ਵਰਤਿਆ ਕਿ ਉਸ ਕੁੜੀ ਨੇ ਇੱਕ ਇੰਟਰਕਾਸਟ ਮੁੰਡੇ ਨਾਲ ਘਰੋਂ ਭੱਜ ਕੇ ਵਿਆਹ ਕਰਵਾ ਲਿਆ। 2 ਕੁ ਸਾਲਾਂ ਬਾਅਦ ਉਸ ਮੁੰਡੇ ਨੇ ਵੀ ਉਹਨੂੰ ਛੱਡਤਾ। ਘਰਦਿਆਂ ਵੱਲੋਂ ਤਾਂ ਪਹਿਲਾਂ ਹੀ ਕੋਈ ਢੋਈ ਨਹੀਂ ਸੀ। ਘਰ ਵਾਲਿਆਂ ਨੇ ਤਾਂ ਇੱਕ ਵਾਰ ਉਹਨਾਂ ਨੂੰ ਮਾਰਨ ਬਾਰੇ ਵੀ ਸੋਚਿਆ ਸੀ, ਪਰ ਇੱਕ ਰਿਸ਼ਤੇਦਾਰ ਦੇ ਕਹਿਣ 'ਤੇ ਇਹ ਸਕੀਮ ਕੈਂਸਲ ਕਰਤੀ। ਅਖੀਰ ਹੋਰ ਕੋਈ ਸਹਾਰਾ ਨਾ ਮਿਲਦਾ ਵੇਖ ਕੇ ਉਸ ਕੁੜੀ ਨੂੰ ਆਤਮ ਹੱਤਿਆ ਕਰਨੀ ਪਈ ਸੀ। ਗੁਰਵਿੰਦਰ ਦੇ ਇੱਕ ਦੋਸਤ ਨੇ ਉਹਨੂੰ ਕੈਨੇਡਾ 'ਚ ਇੱਕ ਵੀਡੀਓ ਵਿਖਾਈ ਜਿਹੜੀ ਅਮਰੀਕਾ ਦੇ ਕਿਸੇ ਇੰਟਰਸੈਕਸ਼ਨ 'ਤੇ ਲੱਗੇ ਵੀਡੀਓ ਕੈਮਰੇ ਦੀ ਰਿਕਾਰਡਿੰਗ 'ਚੋਂ ਲਈ ਗਈ ਸੀ। ਫੁੱਲ ਸਪੀਡ 'ਤੇ ਇੱਕ ਸੈਮੀ ਟਰੈਕਟਰ ਟ੍ਰੇਲਰ ਜਾ ਰਿਹਾ ਹੈ, ਉਹਦੇ ਆਪੋਜ਼ਿਟ ਸਾਈਡ ਤੋਂ 19 ਸਪੀਡ 'ਤੇ ਕਾਰ ਆ ਰਹੀ ਹੈ। ਟਰੱਕ ਅਤੇ ਕਾਰ ਵਾਲੇ ਵਿੱਚੋਂ ਕੋਈ ਇੱਕ ਰੈੱਡ ਲਾਈਟ ਵਿੱਚੋਂ ਲੰਘ ਰਿਹਾ ਹੈ, ਪਰ ਕਿਉਂਕਿ ਇਸ ਵੀਡੀਓ 'ਚ ਟ੍ਰੈਫਿਕ ਲਾਈਟਾਂ ਨਜ਼ਰ ਨਹੀਂ ਆਉਂਦੀਆਂ, ਇਸ ਕਰਕੇ ਇਹ ਨਹੀਂ ਪਤਾ ਕਿ ਕਸੂਰਵਾਰ ਕੌਣ ਹੈ। ਅਖੀਰ ਪੂਰੀ ਸਪੀਡ 'ਤੇ ਆਉਂਦਿਆਂ ਕਾਰ ਟਰੱਕ ਦੇ ਬਿਲਕੁਲ ਮੂਹਰੇ ਆ ਗਈ ਅਤੇ ਐਨ ਉਸੇ ਵੇਲੇ ਇੱਕ ਬੰਦੇ ਨੇ ਕਾਰ ਟਰੱਕ ਮੂਹਰੋਂ ਚੁੱਕ ਕੇ ਦੂਜੀ ਸਾਈਡ ਰੱਖ ਦਿੱਤੀ ਅਤੇ ਫਿਰ ਉਹ ਬੰਦਾ ਜਿਹਨੇ ਕਾਲੇ ਕੱਪੜੇ ਪਾਏ ਹੋਏ ਸਨ ਉਸ ਪਾਸੇ ਨੂੰ ਆ ਰਿਹਾ ਜਿੱਧਰੋਂ ਵੀਡੀਓ ਬਣ ਰਹੀ ਹੈ। ਉਹ ਮਸਾਂ 2 ਕੁ ਸੈਕਿੰਡ ਦਿਖਾਈ ਦਿੰਦਾ, ਫਿਰ ਲੋਪ ਹੋ ਜਾਂਦਾ। ਵੀਡੀਓ ਬਾਅਦ ਵਿੱਚ ਵੀ ਚੱਲਦੀ ਰਹਿੰਦੀ ਹੈ। ਜੇ ਕਿਤੇ ਕਾਰ ਅਤੇ ਟਰੱਕ ਦਾ ਐਕਸੀਡੈਂਟ ਹੋ ਜਾਂਦਾ ਜਿਹੜਾ ਕਿ ਉਸ ਬੰਦੇ ਵੱਲੋਂ ਦਖਲ ਨਾ ਦਿੱਤੇ ਜਾਣ ਦੀ ਸੂਰਤ ਵਿੱਚ ਹੋਣਾ ਅਟਲ ਸੀ, ਤਾਂ ਕਾਰ ਵਿਚਲੇ ਬੰਦੇ ਤਾਂ ਕੀ, ਕਾਰ ਦਾ ਵੀ ਕੁਝ ਨਹੀਂ ਸੀ ਇੱਥੇ ਹੋਣਾ। ਅਮਰੀਕਾ 'ਚ ਲੋਕ ਰੱਖਿਆ ਕਰਨ ਵਾਲੇ ਅਜਿਹੇ ਅਦਿੱਖ ਵਿਅਕਤੀਆਂ ਨੂੰ ਐਂਜਲ ਕਹਿੰਦੇ ਆ, ਅਸੀਂ ਦੇਵੀ ਦੇਵਤੇ ਵੱਡੇ ਵਡੇਰੇ ਸ਼ਹੀਦ ਆਦਿ ਕਹਿ ਲੈਂਦੇ ਹਾਂ। ਇਸੇ ਤਰ੍ਹਾਂ ਦੀ ਇੱਕ ਕਹਾਣੀ ਲੰਡਨ ਵਿਚਲੀ ਇੱਕ ਅੰਡਰਗਰਾਊਂਡ ਪਾਰਕਿੰਗ ਦੀ ਹੈ। ਹਰ ਵੇਲੇ ਸਿਮਰਨ ਕਰਦੀ ਰਹਿਣ ਵਾਲੀ ਇੱਕ ਪੰਜਾਬੀ ਕੁੜੀ ਜਦੋਂ ਉੱਥੇ ਕਾਰ ਖੜ੍ਹੀ ਕਰਕੇ ਬਾਹਰ ਨਿਕਲੀ ਤਾਂ ਇੱਕ ਕਾਲਾ ਵਿਅਕਤੀ ਉਸ ਵੱਲ ਭੱਜਿਆ ਭੱਜਿਆ ਆਇਆ ਅਤੇ ਫਿਰ ਰੁੱਕ ਕੇ ਪਿੱਛੇ ਨੂੰ ਭੱਜ ਪਿਆ ਜਿਵੇਂ ਡਰ ਗਿਆ ਹੋਵੇ। ਅੱਗੇ ਜਾ ਕੇ ਉਹਨੇ ਇੱਕ ਗੋਰੀ ਕੁੜੀ ਵਿਖਾਈ ਦਿੱਤੀ ਅਤੇ ਉਹਦਾ ਪਰਸ ਖੋ ਕੇ ਭੱਜ ਗਿਆ। ਕੁਝ ਚਿਰ ਪਿੱਛੋਂ ਪਾਰਕਿੰਗ ਲਾਟ 'ਚ ਲੱਗੇ ਕੈਮਰਿਆਂ ਦੀ ਮਦਦ ਨਾਲ ਪੁਲਿਸ ਨੇ ਉਸ ਵਿਅਕਤੀ ਨੂੰ ਫੜ ਲਿਆ। ਉਹ ਤੋਂ ਹੋਰ ਪੁੱਛਗਿੱਛ ਕਰਨ ਦੇ ਨਾਲ ਇਹ ਗੱਲ ਵੀ ਪੁੱਛੀ ਗਈ ਕਿ ਪੰਜਾਬੀ ਕੁੜੀ ਵੱਲ ਨੂੰ ਭੱਜਿਆ ਆਉਂਦਾ ਹੁੰਦਾ ਉਹ ਅਚਾਨਕ ਰੁੱਕ ਕੇ ਪਿੱਛੇ ਵੱਲ ਨੂੰ ਕਿਉਂ ਭੱਜ ਪਿਆ। ਉਹਨੇ ਦੱਸਿਆ ਕਿ ਜਦੋਂ ਮੈਂ ਇਹਨੂੰ ਦੇਖਿਆ ਤਾਂ ਮੈਨੂੰ ਲੁੱਟਣ ਦੇ ਇਰਾਦੇ ਨਾਲ ਇਸ ਵੱਲ ਨੂੰ ਭੱਜਿਆ, ਪਰ ਜਦੋਂ ਇਹਦੇ ਨੇੜੇ ਆਇਆ ਤਾਂ ਇਹਦੇ ਨਾਲ 2 ਪੱਗਾਂ ਅਤੇ ਦਾੜੀਆਂ ਵਾਲੇ ਵਿਅਕਤੀ ਖੜ੍ਹੇ ਸੀ। ਉਹਨਾਂ ਨੂੰ ਵੇਖ ਕੇ ਮੈਂ ਡਰ ਗਿਆ ਅਤੇ ਦੂਜੇ ਪਾਸੇ ਨੂੰ ਭੱਜ ਪਿਆ। ਅੱਗੇ ਜਾ ਕੇ ਉਹਦੀ ਨਜ਼ਰ ਇੱਕ ਹੋਰ ਕੁੜੀ ਉੱਪਰ ਪੈ ਗਈ ਜਿਹਨੂੰ ਉਹਨੇ ਲੁੱਟ ਲਿਆ। ਅਸਲ 'ਚ ਉਸ ਕੁੜੀ ਦੇ ਨਾਲ ਪੱਗ ਵਾਲਾ ਕੋਈ ਵਿਅਕਤੀ ਨਹੀਂ ਸੀ, ਉਹ ਇਕੱਲੀ ਸੀ। ਉਹ ਸ਼ਹੀਦੀ ਸ਼ਕਤੀਆਂ ਤਾਂ ਉਸ ਕੁੜੀ ਦੀ ਰੱਖਿਆ ਕਰਨ ਵਾਸਤੇ ਅਤੇ ਉਹਨੂੰ ਉਸ ਕਾਲੇ ਦੇ ਹਮਲੇ ਤੋਂ ਬਚਾਉਣ ਵਾਸਤੇ ਆਈਆਂ ਸੀ। ਗੁਰਵਿੰਦਰ ਦੇ ਇੱਕ ਦੋਸਤ ਦੀ ਭੈਣ ਆਪਣੇ ਬੱਚੇ ਅਤੇ ਪਤੀ ਸ਼ਨੀ ਸਮੇਤ ਰੱਖੜੀਆਂ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਆਪਣੇ ਪੇਕੇ ਪਿੰਡ ਆਈ। ਉਹਨਾਂ ਨੇ ਸੋਚਿਆ ਕਿ ਭਰਾ ਦੀ ਰੱਖੜੀ ਬੰਨ੍ਹ ਕੇ ਦੂਜੇ ਦਿਨ ਸਵੇਰੇ ਸਾਜਰੇ ਵਾਪਸ ਮੁੜ ਜਾਣਗੇ, ਕਿਉਂਕਿ ਭਰਾ ਨੇ ਪਟਿਆਲੇ ਤੋਂ ਆਉਣਾ ਸੀ ਜੋ ਉੱਥੇ ਪੜ੍ਹਦਾ ਸੀ। ਦੂਜੇ ਦਿਨ ਸਵੇਰੇ ਸਾਜਰੇ ਅਚਾਨਕ ਸ਼ਨੀ ਦੇ ਪਿੰਡੋਂ ਉਹਦੇ ਮਿੱਤਰ ਦਾ ਫੋਨ ਆ ਗਿਆ ਕਿ ਉਹਨਾਂ ਦੇ ਪਿੰਡ ਦਾ ਇੱਕ ਮੁੰਡਾ ਜੋ ਫੌਜ ਵਿੱਚ ਸੀ ਸ਼ਹੀਦ ਹੋ ਗਿਆ, ਉਹਦੀ ਲਾਸ਼ ਪਿੰਡ ਲਿਆਂਦੀ ਜਾ ਰਹੀ ਹੈ। ਉਹਨਾਂ ਸ਼ਨੀ ਨੂੰ ਵੀ ਤੁਰੰਤ ਪਿੰਡ ਆਉਣ ਨੂੰ ਕਿਹਾ ਅਤੇ ਆਉਂਦੇ ਹੋਏ ਨੂੰ ਮਲੇਰਕੋਟਲੇ ਤੋਂ ਇੱਕ ਲੋਈ ਸ਼ਹੀਦ ਫੌਜੀ ਦੇ ਮ੍ਰਿਤਕ ਸਰੀਰ ਉੱਤੇ ਪਾਉਣ ਵਾਸਤੇ ਲਿਆਉਣ ਨੂੰ ਕਿਹਾ। ਸ਼ਨੀ ਪਿੰਡ ਦੇ ਮੁੰਡਿਆਂ ਦੀ ਸੰਸਥਾ ਦਾ ਪ੍ਰਧਾਨ ਵੀ ਸੀ ਅਤੇ ਪਿੰਡ 'ਚ ਲੋਕ ਭਲਾਈ ਦੇ ਕੰਮ ਕਰਨ 'ਚ ਮੋਹਰੀ ਸੀ। ਪ੍ਰਧਾਨ ਹੋਣ ਦੇ ਨਾਤੇ ਉਹਨੂੰ ਲੋਈ ਲਿਆਉਣ ਅਤੇ ਜਲਦੀ ਆਉਣ ਨੂੰ ਕਿਹਾ ਗਿਆ। ਉਹਨਾਂ ਛੇਤੀ ਛੇਤੀ ਤਿਆਰੀ ਕੀਤੀ ਅਤੇ ਬਿਨਾਂ ਭਰਾ ਦੇ ਰੱਖੜੀ ਬੰਨ੍ਹੇ ਆਪਣੇ ਪਿੰਡ ਵੱਲ ਨੂੰ ਚੱਲ ਪਏ। ਜਿਸ ਟ੍ਰੇਨ 'ਤੇ ਉਹਨਾਂ ਦੇ ਪਿੰਡ ਤੋਂ ਪਹਿਲਾਂ ਪੈਂਦੇ ਰੋਡੇ ਫਾਟਕ ਤੋਂ ਲੰਘਣਾ ਸੀ, ਉਸ ਟ੍ਰੇਨ ਦੇ ਮਲੇਰਕੋਟਲੇ ਤੋਂ ਤੁਰਨ ਵੇਲੇ ਉਹਦੇ ਅੱਗੇ ਇੱਕ ਗਾਂ ਆ ਗਈ ਅਤੇ ਟ੍ਰੇਨ 15 ਮਿੰਟ ਰੁਕੀ ਰਹੀ। ਜਦੋਂ ਸ਼ਨੀ ਦੀ ਕਾਰ ਰੇਲਵੇ ਦਾ ਰੋਡਾ ਫਾਟਕ ਲੰਘਣ ਲੱਗੀ ਤਾਂ ਅਚਾਨਕ ਹੀ ਬੰਦ ਹੋ ਗਈ। ਕਾਫ਼ੀ ਦੂਰ ਤੋਂ ਟ੍ਰੇਨ ਆਉਂਦੀ ਸ਼ਨੀ ਨੇ ਵੇਖ ਲਈ। ਕਾਰ ਸਟਾਰਟ ਨਾ ਹੋਵੇ ਤਾਂ ਉਹਨੇ ਸੋਚਿਆ ਕਿ ਉਦੋਂ ਤੱਕ ਧੱਕਾ ਲਗਾ ਕੇ ਕਾਰ ਨੂੰ ਟਰੈਕ ਤੋਂ ਪਰੇ ਕਰ ਲਏਗਾ। ਉਹ ਜਿਸ ਪਾਸੇ ਤੋਂ ਟ੍ਰੇਨ ਆ ਰਹੀ ਸੀ ਉਸ ਪਾਸੇ ਵਾਲੀ ਕਾਰ ਦੀ ਅਗਲੀ ਤਾਕੀ 'ਚ ਹੱਥ ਪਾ ਕੇ ਧੱਕ ਕੇ ਕਾਰ ਨੂੰ ਟਰੈਕ ਤੋਂ ਬਾਹਰ ਕੱਢਣ ਲੱਗਾ। ਟ੍ਰੇਨ ਦੇ ਨੇੜੇ ਆਉਂਦੇ ਆਉਂਦੇ ਉਹਨੇ ਲਗਭਗ ਸਾਰੀ ਕਾਰ ਟਰੈਕ ਤੋਂ ਬਾਹਰ ਕੱਢ ਲਈ। ਸਿਰਫ 4 ਕੁ ਇੰਚ ਕਾਰ ਦਾ ਪਿਛਲਾ ਪਾਸਾ ਟਰੈਕ ਦੇ ਉੱਪਰ ਰਹਿ ਗਿਆ, ਜਿਸ 'ਚ ਟ੍ਰੇਨ ਇੰਨੇ ਜ਼ੋਰ ਦੀ ਲੱਗੀ
ਕਿ ਕਾਰ ਦਾ ਅਗਲਾ ਪਾਸਾ ਸਮੇਤ ਸ਼ਨੀ ਦੇ ਪੂਰੇ ਜ਼ੋਰ ਨਾਲ ਟ੍ਰੇਨ 'ਚ ਲੱਗਿਆ। ਸ਼ਨੀ ਦਾ ਸਿਰ ਪੂਰੇ ਜ਼ੋਰ ਨਾਲ ਟ੍ਰੇਨ 'ਚ ਲੱਗਾ ਅਤੇ ਉਹ ਥਾਂ 'ਤੇ ਪੂਰਾ ਹੋ ਗਿਆ ਅਤੇ ਜਿਹੜੀ ਲੋਈ ਉਹ ਸ਼ਹੀਦ ਫੌਜੀ ਦੀ ਸ਼ਾਲ 'ਤੇ ਲਾਸ਼ 'ਤੇ ਪਾਉਣ ਲਈ ਮਲੇਰਕੋਟਲੇ ਤੋਂ ਖਰੀਦ ਕੇ ਲੈ ਕੇ ਗਿਆ ਸੀ ਉਹਦੇ ਆਪਣੇ ਉੱਪਰ ਪਾਈ ਗਈ। ਇਹ ਕਹਾਣੀ ਲੱਗਦਾ ਹੈ ਕਿਸੇ ਵੀ ਹਾਲਤ ਵਿੱਚ ਟਲ ਨਹੀਂ ਸੀ ਸਕਦੀ, ਇਹ ਸ਼ਾਇਦ ਹੋ ਕੇ ਰਹਿਣੀ ਸੀ। ਬਾਰ ਬਾਰ ਹਾਲਾਤ ਉਸ ਤਰ੍ਹਾਂ ਦੇ ਬਣ ਰਹੇ ਸਨ, ਨਹੀਂ ਤਾਂ ਬਹੁਤੀਆਂ ਕਹਾਣੀਆਂ 'ਤੇ ਉਹ ਲੱਗਦਾ ਜਿਵੇਂ ਬੜੀ ਆਸਾਨੀ ਨਾਲ ਟਲ ਸਕਦੀਆਂ ਸਨ। ਗੁਰਵਿੰਦਰ ਦਾ ਇੱਕ ਮਿੱਤਰ ਨਿਰਮਲ ਪਟਿਆਲੇ ਰਹਿੰਦਾ ਹੈ, ਪਟਿਆਲੇ ਵਾਲਾ ਮਕਾਨ ਉਹਨਾਂ ਨੇ ਪਟਿਆਲੇ ਰਹਿ ਕੇ ਬੱਚਿਆਂ ਦੀ ਵਧੀਆ ਪੜ੍ਹਾਈ ਕਰਵਾਉਣ ਵਾਸਤੇ ਹੀ ਲਿਆ। ਉਂਝ ਉਹ ਆਪਣੇ ਪਿੰਡ ਖੇਤੀਬਾੜੀ 'ਤੇ ਆੜਤ ਦਾ ਕੰਮ ਕਰਦਾ ਹੈ। ਪਟਿਆਲੇ ਉਹਨੇ ਆਪਣੇ ਮਾਂ ਪਿਓ ਬੱਚਿਆਂ ਕੋਲ ਛੱਡੇ ਹੋਏ ਹੈ ਅਤੇ ਵਿੱਚ ਵਿੱਚ ਨਿਰਮਲ ਆਪ ਵੀ ਉੱਥੇ ਗੇੜਾ ਲਾਉਂਦਾ ਰਹਿੰਦਾ। ਉਹਦੀ ਪਤਨੀ ਵੀ ਕੁਝ ਦਿਨ ਬੱਚਿਆਂ ਕੋਲ ਰਹਿ ਜਾਂਦੀ ਹੈ। ਹੋਇਆ ਇਹ ਕਿ ਦਸਵੀਂ ਕਰਨ ਤੋਂ ਬਾਅਦ ਨਿਰਮਲ ਦਾ ਵੱਡਾ ਲੜਕਾ ਇਸ ਗੱਲ 'ਤੇ ਅੜ ਗਿਆ ਕਿ ਮੈਂ ਕਾਮਰਸ ਪੜ੍ਹਨੀ ਹੈ ਅਤੇ ਨਿਰਮਲ ਉਨਾ ਹੀ ਇਸ ਗੱਲ 'ਤੇ ਬਜ਼ਿੱਦ ਹੋ ਗਿਆ ਕਿ ਮੈਂ ਤੈਨੂੰ ਮੈਡੀਕਲ ਬਣਾਉਣਾ ਅਤੇ ਡਾਕਟਰ ਬਣਾਉਣਾ। ਨਿਰਮਲ ਦੀ ਘਰਵਾਲੀ ਅਤੇ ਮਾਂ ਪਿਓ ਨੇ ਵੀ ਉਹਨੂੰ ਸਮਝਾਇਆ ਕਿ ਉਹ ਮੰਨ ਜਾਏ ਅਤੇ ਬੱਚੇ ਨੂੰ ਕਾਮਰਸ ਪੜ੍ਹ ਲੈਣ ਦੇਵੇ, ਪਰ ਉਹ ਟਸ ਤੋਂ ਮਸ ਨਾ ਹੋਏ। ਗੁਰਵਿੰਦਰ ਇੱਕ ਦਿਨ ਪਟਿਆਲੇ ਗਿਆ ਹੋਇਆ ਸੀ ਕਿ ਕਿਸੇ ਕੰਮ ਵਾਸਤੇ ਉਹਨੇ ਨਿਰਮਲ ਨੂੰ ਫੋਨ ਕੀਤਾ। ਨਿਰਮਲ ਵੀ ਕੁਦਰਤੀ ਪਟਿਆਲੇ ਹੀ ਸੀ। ਗੱਲਾਂ ਕਰਦਿਆਂ ਤੋਂ ਨਿਰਮਲ ਦੇ ਲੜਕੇ ਵਾਲੀ ਗੱਲ ਹੀ ਚੱਲ ਪਈ। ਨਿਰਮਲ ਵੱਲੋਂ ਆਪਣੇ ਲੜਕੇ ਨੂੰ 10+1 'ਚ ਮੈਡੀਕਲ ਪੜ੍ਹਾਉਣ ਦਾ ਕਾਰਨ ਸਿਰਫ ਇੰਨਾ ਸੀ ਕਿ ਉਹਨਾਂ ਦੀਆਂ ਬਹੁਤੀਆਂ ਰਿਸ਼ਤੇਦਾਰੀਆਂ 'ਚ ਕੋਈ ਨਾ ਕੋਈ ਬੰਦਾ ਡਾਕਟਰ ਸੀ ਅਤੇ ਉਹ ਵੀ ਚਾਹੁੰਦਾ ਸੀ ਕਿ ਉਹਦਾ ਵੀ ਕੋਈ ਨਾ ਕੋਈ ਬੱਚਾ ਡਾਕਟਰ ਜ਼ਰੂਰ ਬਣੇ। ਉਹਨੂੰ ਇੰਨਾ ਚਿਰ ਚੈਨ ਨਹੀਂ ਸੀ ਆ ਸਕਦੀ ਜਿੰਨਾ ਚਿਰ ਉਹ ਆਪਣੇ ਲੜਕੇ ਨੂੰ ਡਾਕਟਰ ਨਾ ਬਣਾ ਲੈਂਦਾ। ਗੁਰਵਿੰਦਰ ਨੇ ਉਹਨੂੰ ਆਪਣੀ ਕਹਾਣੀ ਦਾ ਹਵਾਲਾ ਦੇ ਕੇ ਸਮਝਾਇਆ ਕਿ ਉਹ ਇੰਨੀ ਜ਼ਿਆਦਾ ਹਿੰਡ ਨਾ ਫੜੇ। ਕਾਫ਼ੀ ਸਮਝਾਉਣ 'ਤੇ ਉਹ ਮੰਨ ਗਿਆ ਕਿ ਚਲੋ ਜੋ ਮੁੰਡਾ ਪੜ੍ਹਨਾ ਚਾਹੁੰਦਾ ਪੜ੍ਹ ਲਵੇ। ਹੁਣ ਗੱਲ ਤਾਂ ਰੱਬ ਜਾਣੇ ਕਿ ਇਸ ਨਾਲ ਕੋਈ ਮਾੜੀ ਘਟਨਾ ਟਲੀ ਹੈ ਜਾਂ ਨਹੀਂ, ਜਾਂ ਖਬਰੇ ਗੁਰਵਿੰਦਰ ਦੇ ਇੱਕ ਹੋਰ ਦੋਸਤ ਦਿਲ ਸ਼ੇਰ ਵਰਗੀ ਕੋਈ ਗੱਲ ਹੀ ਹੋਵੇ। BA ਕਰਨ ਤੋਂ ਬਾਅਦ ਦਿਲ ਸ਼ੇਰ ਪੰਜਾਬੀ ਦੀ MA ਕਰਨੀ ਚਾਹੁੰਦਾ ਸੀ, ਪਰ ਉਹਦਾ ਵੱਡਾ ਭਰਾ ਇਸ ਗੱਲ ਵਾਸਤੇ ਅੜ ਗਿਆ ਕਿ ਤੂੰ ਇਕਨੋਮਿਕਸ ਦੀ MA ਕਰਨੀ ਹੈ। ਵੱਡੇ ਭਰਾ ਦੀ ਹਿੰਡ ਕਾਰਨ ਉਹਨੂੰ MA ਇਕਨੋਮਿਕਸ 'ਚ ਦਾਖਲਾ ਲੈਣਾ ਪਿਆ। ਇਕਨੋਮਿਕਸ ਵਿੱਚ ਉਹ ਫੇਲ ਹੋ ਗਿਆ। ਅਗਲੇ ਸਾਲ ਉਹਨੇ ਪੰਜਾਬੀ ਯੂਨੀਵਰਸਿਟੀ 'ਚ MA ਪੰਜਾਬੀ 'ਚ ਦਾਖਲਾ ਲੈ ਲਿਆ ਅਤੇ ਉਹ MA ਪੰਜਾਬੀ ਦਾ ਗੋਲਡ ਮੈਡਲਿਸਟ ਬਣਿਆ ਅਤੇ ਅੱਜ ਕੱਲ੍ਹ ਆਪਣਾ ਇੱਕ ਸਕੂਲ ਅਤੇ ਪ੍ਰਾਈਵੇਟ ਕਾਲਜ ਚਲਾ ਰਿਹਾ। ਗੁਰਵਿੰਦਰ ਦਾ ਇੱਕ ਦੋਸਤ ਸਕੂਲ ਵਿੱਚ ਹੈੱਡ ਮਾਸਟਰ ਸੀ। ਉਹਦੇ ਸਕੂਲ 'ਚ ਪੜ੍ਹਾਉਂਦੇ ਇੱਕ ਸਾਥੀ ਅਧਿਆਪਕ ਦਾ ਲੜਕਾ ਦਸ਼ਮੇਸ਼ ਅਕੈਡਮੀ 'ਚ ਪੜ੍ਹ ਰਿਹਾ ਸੀ ਅਤੇ 10ਵੀਂ 'ਚ ਆ ਕੇ ਉਹ ਆਪਣੇ ਪਿਤਾ ਨੂੰ ਕਹਿਣ ਲੱਗਾ ਕਿ ਮੇਰਾ ਹੁਣ ਉੱਥੇ ਪੜ੍ਹਨ ਨੂੰ ਜੀ ਨਹੀਂ ਕਰਦਾ, ਮੈਂ ਕਿਤੇ ਹੋਰ ਪੜ੍ਹ ਲੈਂਦਾ। ਉਹਦੇ ਪਿਤਾ ਨੇ ਉਹ ਤੋਂ ਪੁੱਛਿਆ ਕਿ ਕੀ ਉਹਨੂੰ ਦੂਜੇ ਲੜਕੇ ਤੰਗ ਕਰਦੇ ਆ ਜਾਂ ਕਿਸੇ ਅਧਿਆਪਕ ਦੇ ਮਾੜੇ ਵਿਹਾਰ ਕਾਰਨ ਉੱਥੇ ਨਹੀਂ ਪੜ੍ਹਨਾ ਚਾਹੁੰਦਾ। ਲੜਕੇ ਵੱਲੋਂ ਇਹ ਕਹਿਣ 'ਤੇ ਕਿ ਅਜਿਹੀ ਕੋਈ ਗੱਲ ਨਹੀਂ ਹੈ, ਬਸ ਉੱਥੇ ਪੜ੍ਹਨ ਨੂੰ ਉਹਦਾ ਮਨ ਨਹੀਂ ਕਰ ਰਿਹਾ। ਇਹ ਸੁਣ ਕੇ ਉਹਦੇ ਪਿਤਾ ਨੇ ਉਹਦੀ ਗੱਲ ਮੰਨ ਲਈ ਅਤੇ ਉਹਨੂੰ ਇੱਕ ਹੋਰ ਅਕੈਡਮੀ 'ਚ ਦਾਖਲਾ ਦਵਾ ਦਿੱਤਾ ਗਿਆ ਜਿਸ ਦਾ ਪੱਧਰ ਦਸ਼ਮੇਸ਼ ਅਕੈਡਮੀ ਤੋਂ ਹੇਠਾਂ ਸਮਝਿਆ ਜਾਂਦਾ ਸੀ। ਉੱਥੋਂ ਪੜ੍ਹਾਈ ਕਰਨ ਤੋਂ ਬਾਅਦ ਉਹ ਲੜਕਾ ਅੱਜ ਕੱਲ੍ਹ ਸਰਕਾਰੀ ਅਫਸਰ ਵਜੋਂ ਤਾਇਨਾਤ ਹੈ। ਹੁਣ ਇਹ ਗੱਲ ਤਾਂ ਰੱਬ ਜਾਣਦਾ ਹੈ ਕਿ ਉਸ ਲੜਕੇ ਵੱਲੋਂ ਦਸ਼ਮੇਸ਼ ਅਕੈਡਮੀ ਨੂੰ ਛੱਡ ਕੇ ਹੋਰ ਥਾਂ ਪੜ੍ਹਨ ਨਾਲ ਉਹਦੇ ਪਿਤਾ ਵੱਲੋਂ ਵੀ ਉਹਦੀ ਗੱਲ ਮੰਨ ਲੈਣ ਨਾਲ ਕੋਈ ਮਾੜੀ ਘਟਨਾ ਟਲੀ ਹੈ ਜਾਂ ਨਹੀਂ। ਪਰ ਉਸ ਲੜਕੇ ਦੇ ਪਿਤਾ ਗੁਰਵਿੰਦਰ ਦੇ ਪਿਤਾ ਵਾਂਗ ਉਹਨੂੰ ਮਜਬੂਰ ਕਰਕੇ ਉਸੇ ਥਾਂ 'ਤੇ ਨਹੀਂ ਪੜ੍ਹਾਇਆ। ਕਾਸ਼ ਗੁਰਵਿੰਦਰ ਨੂੰ ਵੀ ਉਸ ਲੜਕੇ ਵਰਗਾ ਪਿਤਾ ਮਿਲ ਜਾਂਦਾ ਜਾਂ ਰੱਬ ਗੁਰਵਿੰਦਰ ਨੂੰ ਹੀ ਸੁਮਤ ਬਖਸ਼ ਦਿੰਦਾ। ਗੁਰਵਿੰਦਰ ਦਾ ਜਾਣਕਾਰ ਇੱਕ ਅਧਿਆਪਕ ਜਦੋਂ ਨਵਾਂ ਨਵਾਂ ਮੋਟਰਸਾਈਕਲ ਸਿੱਖਿਆ ਸੀ ਤਾਂ ਇੱਕ ਦਿਨ ਉਹਨੇ ਮੋਟਰਸਾਈਕਲ ਪੂਰੀ ਸਪੀਡ 'ਤੇ ਭਜਾ ਲਿਆ। ਅੱਗੋਂ ਆ ਰਹੇ ਸਾਈਕਲ ਵਾਲੇ ਨੂੰ ਬਚਾਉਂਦੇ ਬਚਾਉਂਦੇ ਦਾ ਮੋਟਰਸਾਈਕਲ ਸਲਿੱਪ ਹੋ ਕੇ ਸੜਕ 'ਤੇ ਡਿੱਗ ਪਿਆ। ਉਹਦੀ ਇੱਕ ਬਾਂਹ ਟੁੱਟ ਗਈ, ਰੀੜ੍ਹ ਦੀ ਹੱਡੀ ਦਾ ਇੱਕ ਮਣਕਾ ਹਿੱਲ ਗਿਆ ਅਤੇ ਕਾਫ਼ੀ ਰਗੜਾਂ ਵਗੈਰਾ ਲੱਗੀਆਂ। ਬਸ ਉਹ ਮਰਨੋਂ ਹੀ ਬਚਿਆ। ਰਗੜਾਂ ਅਤੇ ਬਾਂਹ ਤਾਂ ਕੁਝ ਸਮੇਂ ਬਾਅਦ ਠੀਕ ਹੋ ਗਈਆਂ, ਪਰ ਰੀੜ੍ਹ ਦੀ ਹੱਡੀ ਦਾ ਮਣਕਾ ਸਦਾ ਹੀ ਦਰਦ ਕਰਦਾ ਰਿਹਾ। ਇਹ ਦਰਦ ਸਾਰੀ ਉਮਰ ਉਹਦੇ ਨਾਲ ਰਿਹਾ। ਇਸ ਤਰੀਕੇ ਨਾਲ ਉਹ ਐਕਸੀਡੈਂਟ ਉਸ ਵਾਸਤੇ ਸਾਰੀ ਉਮਰ ਦੀ ਮੁਸੀਬਤ ਬਣ ਗਿਆ। ਬਹੁਤ ਵਾਰੀ ਦਰਦ ਕਾਰਨ ਉਹਨੂੰ ਸਕੂਲੋਂ ਛੁੱਟੀ ਵੀ ਕਰਨੀ ਪੈਂਦੀ। ਉਹ ਦੱਸਦਾ ਹੁੰਦਾ ਸੀ ਕਿ ਅਸਲ 'ਚ ਜਾਣਾ ਤਾਂ ਸੰਬੰਧਿਤ ਕਰਨ ਉਹਦੇ ਵੱਡੇ ਭਰਾ ਨੇ ਸੀ। ਉਹਦਾ ਭਰਾ ਪੜ੍ਹ ਕੇ ਆਉਂਦਾ ਕੁਝ ਲੇਟ ਹੋ ਗਿਆ। ਉਹਦੀ ਮੰਮੀ ਅਤੇ ਭੈਣ ਨੇ ਕਹਿ ਕਹਾ ਕੇ ਉਸੇ ਨੂੰ ਭੇਜ ਦਿੱਤਾ, ਪਰ
ਹਾਲਾਂਕਿ ਉਹਦੇ ਦਾਦੇ ਨੇ ਦੋ ਕੁ ਵਾਰ ਕਿਹਾ ਵੀ ਕਿ ਗੁਰਦੀਪ ਚਲਾ ਜਾਊ, ਉਹ ਸਕੂਲੋਂ ਆਉਣ ਵਾਲਾ ਹੀ ਹੋਣਾ, ਤੇ ਗੁਰਵਿੰਦਰ ਦੇ ਉਸ ਜਾਣਕਾਰ ਦਾ ਖੁਦ ਦਾ ਵੀ ਜਾਣ ਨੂੰ ਮਨ ਨਹੀਂ ਸੀ ਕਰ ਰਿਹਾ। ਇਹ ਬਾਅਦ 'ਚ ਪਛਤਾਇਆ ਕਰੇ ਵੀ ਕਾਸ਼ ਉਹ ਆਪਣੀ ਮੰਮੀ ਅਤੇ ਭੈਣ ਦੀ ਗੱਲ ਨਾ ਮੰਨਦਾ ਅਤੇ ਆਪਣੇ ਭਰਾ ਦੀ ਉਡੀਕ ਹੀ ਕਰ ਲੈਂਦਾ। ਗੁਰਵਿੰਦਰ ਨਾਲ ਹੋ ਸਕਣ ਵਾਲੀਆਂ ਹੋਣੀਆਂ ਭਾਵੇਂ ਉਹ ਕਿੰਨੀਆਂ ਵੀ ਮਾਈਨਰ ਕਿਉਂ ਨਾ ਹੋਣ, ਟਲਣ ਵਾਲੀ ਗੱਲ ਜੀ ਹਜ਼ਾਰਾਂ ਵਾਰ ਨਹੀਂ ਤਾਂ ਸੈਂਕੜੇ ਵਾਰ ਜ਼ਰੂਰ ਹੋਈ ਹੈ। ਉਦੋਂ ਜ਼ਿਆਦਾ ਸਾਈਕਲ 'ਤੇ ਹੀ ਆਉਂਦਾ ਜਾਂਦਾ ਸੀ। ਸਾਈਕਲ 'ਤੇ ਸਿੱਧਾ ਜਾਂਦੇ ਜਾਂਦੇ ਦੇ ਅਚਾਨਕ ਮਨ 'ਚ ਵਿਚਾਰ ਆਉਣਾ ਕਿ ਚੱਲ ਅੱਜ ਦੂਜੇ ਰਸਤੇ ਤੋਂ ਹੀ ਚੱਲਦਾ। ਅੱਗੇ ਜਾ ਕੇ ਦੋਵੇਂ ਰਸਤੇ ਇਕੱਠੇ ਹੋ ਜਾਂਦੇ ਸੀ। ਅਜਿਹਾ ਅਣਗਿਣਤ ਵਾਰ ਹੋਇਆ ਕਿ ਅੱਗੇ ਗੁਰਵਿੰਦਰ ਦਾ ਜਾਣਕਾਰ ਕੋਈ ਅਜਿਹਾ ਬੰਦਾ ਮਿਲ ਜਾਂਦਾ ਜਿਹੜਾ ਉਸ ਰਸਤੇ ਤੋਂ ਦੀ ਹੋ ਕੇ ਆਇਆ ਸੀ, ਅਤੇ ਜਿੱਧਰ ਨੂੰ ਜਾਂਦੇ ਜਾਂਦੇ ਗੁਰਵਿੰਦਰ ਨੇ ਅਚਾਨਕ ਵੱਖਰਾ ਰਸਤਾ ਲੈ ਲਿਆ ਸੀ। ਅੱਗੇ ਮਿਲਣ ਵਾਲੇ ਕਿਸੇ ਨਾ ਕਿਸੇ ਜਾਣਕਾਰ ਵਿਅਕਤੀ ਨੇ ਕਦੇ ਦੱਸਣਾ ਇਸ ਰਸਤੇ 'ਤੇ ਤਾਂ ਵੱਟੇ ਪਏ ਸੀ, ਉੱਥੋਂ ਦੀ ਤਾਂ ਲੰਘਣਾ ਬਹੁਤ ਮੁਸ਼ਕਿਲ ਹੋਇਆ ਪਿਆ, ਮਸਾਂ ਲੰਘ ਕੇ ਆਇਆ, ਜਾਂ ਕੋਈ ਇਸ ਤਰ੍ਹਾਂ ਦੀ ਗੱਲ ਕਿ ਇੱਧਰ ਤਾਂ ਐਕਸੀਡੈਂਟ ਹੋਇਆ ਪਿਆ, ਸਾਰਾ ਰਾਹ ਬੰਦ ਹੋਇਆ ਪਿਆ, ਇੰਨਾ ਟਾਈਮ ਲਾ ਕੇ ਆਇਆ, ਵਧੀਆ ਰਿਹਾ ਤੂੰ ਦੂਜੇ ਪਾਸੇ ਦੀ ਆ ਗਿਆ। ਕਈ ਵਾਰ ਜਿਸ ਰਸਤੇ ਵੱਲ ਦੀ ਗੁਰਵਿੰਦਰ ਗਿਆ ਉੱਧਰ ਕੋਈ ਅਜਿਹਾ ਵਿਅਕਤੀ ਵੀ ਮਿਲ ਪੈਣਾ ਜਿਸ ਤੱਕ ਗੁਰਵਿੰਦਰ ਨੂੰ ਕੋਈ ਨਾ ਕੋਈ ਕੰਮ ਹੁੰਦਾ ਸੀ। ਅਜਿਹਾ ਘੱਟੋ ਘੱਟ ਸੈਂਕੜੇ ਵਾਰ ਹੋਇਆ ਹੋਏਗਾ ਜਦੋਂ ਗੁਰਵਿੰਦਰ ਦੇ ਮਨ 'ਚ ਅਚਾਨਕ ਰਸਤਾ ਬਦਲਣ ਦਾ ਵਿਚਾਰ ਆਉਣਾ ਅਤੇ ਉਹਨੇ ਰਸਤਾ ਬਦਲ ਲੈਣਾ, ਅਤੇ ਬਹੁਤ ਵਾਰੀ ਬਾਅਦ 'ਚ ਪਤਾ ਲੱਗਣਾ ਕਿ ਦੂਜੇ ਰਸਤੇ 'ਚ ਤਾਂ ਕੋਈ ਅੜਿੱਕਾ ਸੀ। ਹੁਣ ਜੇ ਰੱਬ ਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਾ ਹਿੱਲਣ ਵਾਲੀ ਗੱਲ ਸਹੀ ਹੁੰਦੀ ਤਾਂ ਗੁਰਵਿੰਦਰ ਕਿਉਂ ਚੰਗਾ ਭਲਾ ਆਪਣੇ ਰਸਤੇ ਜਾਂਦਾ ਜਾਂਦਾ ਅਚਾਨਕ ਰਸਤਾ ਬਦਲ ਕੇ ਦੂਜੇ ਪਾਸੇ ਨੂੰ ਹੋ ਜਾਂਦਾ ਸੀ? ਜਾਂ ਜੇ ਕਿਹੜੀ ਸ਼ੈ ਸੀ ਜਿਹੜੀ ਇੱਕਦਮ ਗੁਰਵਿੰਦਰ ਦੇ ਮਨ 'ਚ ਵਿਚਾਰ ਲਿਆਉਂਦੀ ਕਿ ਇੱਧਰ ਦੀ ਨਾ ਜਾ? ਇਸੇ ਤਰ੍ਹਾਂ ਅਨੇਕਾਂ ਵਾਰ ਅਜਿਹਾ ਹੋਣਾ ਕਿ ਗੁਰਵਿੰਦਰ ਦੀ ਆਪਣੇ ਨਾਨਕੇ ਜਾਣ ਦੀ ਕੋਈ ਵੀ ਸਲਾਹ ਨਾ ਹੋਣੀ, ਅਚਾਨਕ ਉਹਦੇ ਮਨ 'ਚ ਇਸ ਗੱਲ ਨੇ ਜ਼ੋਰ ਫੜ ਲੈਣਾ ਕਿ ਮੈਂ ਹੁਣੇ ਨਾਨਕੇ ਜਾਣਾ, ਅਤੇ ਜਦੋਂ ਨਾਨਕੇ ਪਿੰਡ ਪਹੁੰਚਣਾ ਅੱਗੋਂ ਨਾਨੀ ਨੇ ਆਖਣਾ ਕਿ ਅੱਜ ਮੈਂ ਸਵੇਰ ਦੀ ਤੈਨੂੰ ਯਾਦ ਕਰੀ ਜਾਂਦੀ ਹਾਂ ਵੀ ਜੇ ਤੂੰ ਆ ਜਾਏ। ਮੇਰਾ ਤਾਂ ਅੱਜ ਬਾਹਲਾ ਹੀ ਜੀ ਕਰਦਾ ਸੀ ਮਿਲਣ ਨੂੰ, ਅਤੇ ਕਈ ਵਾਰ ਗੁਰਵਿੰਦਰ ਦਾ ਵੀ ਸਵੇਰ ਤੋਂ ਹੀ ਨਾਨਕੇ ਜਾਣ ਨੂੰ ਜੀ ਕਰਨ ਲੱਗ ਪੈਣਾ, ਤਾਂ ਅੱਗੋਂ ਨਾਨਕੇ ਪਹੁੰਚਣ 'ਤੇ ਨਾਨੀ ਨੇ ਵੀ ਅਜਿਹੀ ਗੱਲ ਦੱਸਣੀ, ਫਿਰ ਉਹਨੇ ਕਹਿਣਾ ਕਿ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ। ਕਈ ਵਾਰ ਕੋਈ ਆਟਾ ਦਾਣਾ ਪਿਹਾਉਣ ਵਾਲਾ ਹੋਣਾ ਜਾਂ ਕਹਾਣੀ ਕਢਾਉਣ ਵਾਲੀ ਹੋਣੀ, ਉਦੋਂ ਵੀ ਗੁਰਵਿੰਦਰ ਦੇ ਮਨ 'ਚ ਵਿਚਾਰ ਜਿਹਾ ਉੱਠਣਾ ਕਿ ਚੱਲ ਮਨਾ ਨਾਨਕੇ ਚੱਲ ਅੱਜ। ਉੱਥੇ ਜਾ ਕੇ ਪਤਾ ਲੱਗਣਾ ਕਿ ਆਟਾ ਪਿਹਾਉਣ ਵਾਲਾ ਜੋ ਕੋਈ ਸੌਦੇ ਵਗੈਰਾ ਲਿਆਉਣ ਵਾਲੇ ਆ। ਗੁਰਵਿੰਦਰ ਉਦੋਂ ਨਵਾਂ ਨਵਾਂ ਸਕੂਟਰ ਸਿੱਖਿਆ ਸੀ, ਉਹ ਪਹਿਲੀ ਵਾਰ ਸਕੂਟਰ 'ਤੇ ਆਪਣੇ ਨਾਨਕੇ ਜਾ ਰਿਹਾ ਸੀ। ਸੜਕ ਖਾਲੀ ਦੇਖ ਕੇ ਉਹਨੇ ਸਕੂਟਰ ਪੂਰੀ ਸਪੀਡ 'ਤੇ ਭਜਾ ਲਿਆ, ਅੱਗੇ ਮੋੜ ਆ ਗਿਆ। ਉੱਥੋਂ ਸਕੂਟਰ ਮੁੜਿਆ ਨਾ ਅਤੇ ਸਿੱਧਾ ਕਣਕ ਦੇ ਖੇਤ 'ਚ ਨੂੰ ਹੋ ਲਿਆ। ਕਾਫ਼ੀ ਅੱਗੇ ਜਾ ਕੇ ਹੌਲੀ ਹੌਲੀ ਉਹਨੇ ਸਕੂਟਰ ਰੋਕ ਲਿਆ। ਹੈਰਾਨੀ ਦੀ ਗੱਲ ਇਹ ਹੋਈ ਕਿ ਨਾ ਤਾਂ ਸਕੂਟਰ ਦਾ ਕੋਈ ਨੁਕਸਾਨ ਹੋਇਆ, ਨਾ ਹੀ ਗੁਰਵਿੰਦਰ ਨੂੰ ਕੋਈ ਝਰੀਟ ਤੱਕ ਵੀ ਲੱਗੀ। ਔਖਾ ਸੌਖਾ ਹੋ ਕੇ ਉਹਨੇ ਸਕੂਟਰ ਦੁਬਾਰਾ ਸੜਕ 'ਤੇ ਲਿਆਂਦਾ, ਫਿਰ ਹੌਲੀ ਹੌਲੀ ਸਕੂਟਰ ਚਲਾ ਕੇ ਆਪਣੇ ਨਾਨਕੇ ਘਰ ਪਹੁੰਚ ਗਿਆ। ਉਹਨੂੰ ਵੇਖਣ ਸਾਰ ਉਹਦੀ ਨਾਨੀ ਉਹਨੂੰ ਗੁੱਸੇ 'ਚ ਬੋਲਣ ਲੱਗ ਪਈ, ਤੈਨੂੰ ਕੋਈ ਅਕਲ ਹੈ ਕਿ ਨਹੀਂ? ਦੁਨੀਆ ਡਲਿਆਂ ਵਾਂਗੂ ਫਿੱਸੀ ਜਾਂਦੀ ਹੈ, ਤੇਰੇ ਕੋਈ ਮਗਰ ਪਿਆ ਹੋਇਆ ਜਿਹੜਾ ਇੰਨਾ ਭਜਾਉਣਾ? ਗੁਰਵਿੰਦਰ ਨਾਲ ਅਜਿਹੀਆਂ ਅਨੇਕ ਘਟਨਾਵਾਂ ਵਾਪਰੀਆਂ, ਉਹਨੂੰ ਕੁਛ ਨਾ ਸਮਝ ਆਇਆ ਕਰੇ ਕਿ ਉਹਦੀ ਨਾਨੀ ਨੂੰ ਇਹ ਸਭ ਕੁਝ ਕੌਣ ਦੱਸਦਾ। ਗੁਰਵਿੰਦਰ ਦੇ ਹਾਈ ਸਕੂਲ 'ਚ ਇੱਕ ਦਲਿਤ ਲੜਕਾ ਸਵਰਾਜ ਪੜ੍ਹਦਾ ਸੀ। ਉਹ ਗੁਰਵਿੰਦਰ ਤੋਂ 1 ਸਾਲ ਅੱਗੇ ਸੀ ਅਤੇ ਪੜ੍ਹਾਈ 'ਚ ਬੇਹੱਦ ਹੁਸ਼ਿਆਰ ਸੀ। ਸਕੂਲ ਦੇ ਅਧਿਆਪਕਾਂ ਦਾ ਵਿਚਾਰ ਸੀ ਕਿ ਸਵਰਾਜ ਅਤੇ ਗੁਰਵਿੰਦਰ ਵੱਡੇ ਅਹੁਦਿਆਂ 'ਤੇ ਪਹੁੰਚਣਗੇ। ਉਸ ਲੜਕੇ ਨੂੰ SC ਕੈਟਾਗਰੀ 'ਚ ਹੋਣ ਕਰਕੇ ਰੈਜ਼ਰਵੇਸ਼ਨ ਵੀ ਮਿਲਣੀ ਸੀ। ਬਹੁਤ ਸਾਲਾਂ ਬਾਅਦ ਉਹ ਲੜਕਾ ਗੁਰਵਿੰਦਰ ਨੂੰ ਸਾਈਕਲ 'ਤੇ ਜਾਂਦਾ ਮਿਲ ਗਿਆ। ਉਹਦੇ ਪਿੱਛੇ ਲੱਕੜ ਦੀ ਪੇਟੀ ਰੱਖੀ ਹੋਈ ਸੀ ਜਿਸ 'ਚ ਬਿਸਕਿਟ, ਟੌਫੀਆਂ, ਕੁਰਕਰੇ ਆਦਿ ਸੀ। ਉਹਨੇ ਦੱਸਿਆ ਕਿ ਉਹ ਇੱਕ ਪ੍ਰਾਈਵੇਟ ਸਕੂਲ 'ਚ ਛੋਟੀ ਜਿਹੀ ਦੁਕਾਨ ਕਰਦਾ, ਹੁਣ ਉੱਥੇ ਹੀ ਜਾ ਰਿਹਾ। ਗੁਰਵਿੰਦਰ ਦਾ ਸਵਰਾਜ ਨੂੰ ਪੁੱਛਣ ਨੂੰ ਮਨ ਨਾ ਕੀਤਾ। ਕੁਝ ਸਮੇਂ ਬਾਅਦ ਉਹਦਾ ਇੱਕ ਹੋਰ ਜਾਣਕਾਰ ਮਿਲਿਆ ਤਾਂ ਉਸ ਨਾਲ ਸਵਰਾਜ ਦੀ ਗੱਲ ਤੋਰੀ। ਉਹਨੇ ਦੱਸਿਆ ਕਿ ਜਦੋਂ ਸਵਰਾਜ ਕਾਲਜ 'ਚ ਪੜ੍ਹਦਾ ਸੀ, ਇੱਕ ਵਾਰੀ ਮੁੰਡਿਆਂ ਨੇ ਕਾਲਜ 'ਚ ਹੜਤਾਲ ਕਰਤੀ ਅਤੇ ਨਾਲ ਹੀ ਇੱਕ ਸਰਕਾਰੀ ਬੱਸ ਦੀ ਭੰਨ ਤੋੜ ਕਰਤੀ, ਅਤੇ ਜਦੋਂ ਸਵਰਾਜ ਕਾਲਜ ਤੋਂ ਘਰ ਨੂੰ ਜਾ ਰਿਹਾ ਸੀ ਤਾਂ ਭੰਨ ਤੋੜ ਕਰ ਰਹੇ ਮੁੰਡਿਆਂ ਨੂੰ ਵੇਖਣ ਵਾਸਤੇ ਥੋੜ੍ਹਾ ਰੁਕ ਗਿਆ। ਇਹਨੇ ਨੂੰ ਪੁਲਿਸ ਆ ਗਈ। ਭੰਨ ਤੋੜ ਕਰਨ ਵਾਲੇ ਬਹੁਤੇ ਮੁੰਡੇ ਭੱਜ ਗਏ, ਪਰ ਕੁਝ ਲੜਕਿਆਂ ਦੇ ਨਾਲ ਸਵਰਾਜ ਵੀ ਪੁਲਿਸ ਦੇ ਹੱਥ ਆ ਗਿਆ। ਉਸ 'ਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦਾ ਕੇਸ ਪਾਤਾ ਗਿਆ, ਜਿਹਨੇ ਉਹਨੂੰ ਅਰਸ਼ ਤੋਂ ਫਰਸ਼ 'ਤੇ ਲਿਆ ਸੁੱਟਿਆ। ਗੁਰਵਿੰਦਰ ਉਦੋਂ 8ਵੀਂ ਕਲਾਸ 'ਚ ਪੜ੍ਹਦਾ ਸੀ ਜਦੋਂ ਉਹਨੇ ਆਪਣੇ ਖੇਤ ਵਿੱਚ ਆਥਣ ਵੇਲੇ ਇੱਕ ਘੁੱਗੀ ਵੇਖੀ ਜਿਹੜੀ ਬੇਹੱਦ ਬਿਮਾਰ ਲੱਗ ਰਹੀ ਸੀ।
ਉਹ ਤਾਂ ਉੱਡਿਆ ਨਹੀਂ ਸੀ ਜਾ ਰਿਹਾ, ਤੁਰਿਆ ਵੀ ਹੌਲੀ ਹੌਲੀ ਜਾਂਦਾ ਸੀ। ਗੁਰਵਿੰਦਰ ਨੇ ਸੋਚਿਆ ਇੱਥੇ ਇਹਨੂੰ ਕੋਈ ਕੁੱਤਾ ਬਿੱਲਾ ਖਾ ਜਾਏਗਾ, ਇਹ ਸੋਚ ਕੇ ਉਹਨੂੰ ਆਪਣੇ ਘਰ ਲੈ ਆਇਆ। ਪਹਿਲੀ ਰਾਤ ਉਹਨੂੰ ਟੋਕਰੇ ਥੱਲੇ ਰੱਖਿਆ, ਬਾਅਦ 'ਚ ਉਹਨੇ ਆਪਣੇ ਘਰ ਪਏ ਥਰੈਸ਼ਰ ਦੇ ਪਾਰਸੀ ਉੱਪਰ ਲਗਾਉਣ ਵਾਲੇ ਕਵਰ ਜਿਹੇ ਦੇ ਨਾਲ ਜਾਲੀ ਬੰਨ੍ਹ ਕੇ ਇੱਕ ਖੁੱਡਾ ਜਿਹਾ ਬਣਾ ਦਿੱਤਾ ਤਾਂ ਕਿ ਉਹਨੂੰ ਹਵਾ ਲੱਗਦੀ ਰਹੇ, ਨਾਲ ਹੀ ਉਸ ਵਿੱਚ ਦਾਣੇ ਅਤੇ ਕੌਲੀ ਪਾਣੀ ਦੀ ਭਰ ਕੇ ਰੱਖ ਦਿੱਤੇ। ਗੁਰਵਿੰਦਰ ਹਰ ਰੋਜ਼ ਸਕੂਲ ਜਾਣ ਤੋਂ ਪਹਿਲਾਂ ਅਤੇ ਸਕੂਲੋਂ ਆ ਕੇ ਉਹਨੂੰ ਖੁੱਡੇ 'ਚੋਂ ਬਾਹਰ ਕੱਢਦਾ ਅਤੇ ਜੇ ਦਾਣਾ ਪਾਣੀ ਹੋਰ ਪਾਉਣ ਵਾਲੇ ਹੁੰਦੇ ਤਾਂ ਉਹ ਵੀ ਪਾਉਂਦਾ। 15 ਕੁ ਦਿਨਾਂ 'ਚ ਘੁੱਗੀ ਚੰਗੀ ਭਲੀ ਚੱਲਣ ਫਿਰਨ ਅਤੇ ਥੋੜ੍ਹਾ ਬਹੁਤ ਉੱਡਣ ਵੀ ਲੱਗ ਗਈ। ਗੁਰਵਿੰਦਰ ਦਾ ਵਿਚਾਰ ਸੀ ਕਿ ਹੋਰ ਹਫ਼ਤੇ ਕੁ ਤੱਕ ਉਹ ਆਪਣੇ ਆਪ ਉੱਡਣ ਜੋਗੀ ਹੋ ਜਾਏਗੀ। ਹਾਲੇ ਉਹ ਘੁੱਗੀ ਦੇ ਉੱਡਣ ਬਾਰੇ ਸੋਚ ਵਿਚਾਰਾਂ ਹੀ ਕਰ ਰਿਹਾ ਸੀ ਕਿ ਇੱਕ ਰਾਤ ਨੂੰ ਘੁੱਗੀ ਦਾ ਪਿੰਜਰਾ ਤੋੜ ਕੇ ਬਿੱਲੀ ਉਹਨੂੰ ਖਾ ਗਈ। ਜਦੋਂ ਗੁਰਵਿੰਦਰ ਨੇ ਸਵੇਰੇ ਉੱਠ ਕੇ ਵੇਖਿਆ ਚਾਰੇ ਪਾਸੇ ਖੰਭੀ ਖੰਭ ਖਿਲਰੇ ਪਏ ਸੀ ਤਾਂ ਕੀ ਫਿਰ ਘੁੱਗੀ ਦੀ ਮੌਤ ਹੋ ਕੇ ਹੀ ਰਹਿਣੀ ਸੀ? ਗੁਰਵਿੰਦਰ ਦੀਆਂ ਕੋਸ਼ਿਸ਼ਾਂ ਨੇ ਉਹਨੂੰ ਜ਼ਿੰਦਗੀ ਕੁਝ ਹੋਰ ਦੇ ਦਿੱਤੀ, ਨਹੀਂ ਤਾਂ ਖੇਤ ਵਿੱਚ ਤਾਂ ਉਹਨੇ ਇੱਕ ਅੱਧਾ ਦਿਨ ਹੀ ਹੋਰ ਕੱਟਣਾ ਸੀ। ਇਸੇ ਤਰ੍ਹਾਂ ਗੁਰਵਿੰਦਰ ਦੇ 7ਵੀਂ 8ਵੀਂ 'ਚ ਪੜ੍ਹਨ ਵੇਲੇ ਦੀ ਇੱਕ ਹੋਰ ਗੱਲ ਹੈ। ਉਹਨੇ ਸੜਕ ਤੋਂ ਪਾਰ ਆਪਣੀ ਰੂੜੀ ਵੱਲ ਜ਼ੋਰ ਜ਼ੋਰ ਦੀ ਚੀਕਾਂ ਮਾਰ ਰਿਹਾ ਇੱਕ ਕਤੂਰਾ ਵੇਖਿਆ। ਜਦੋਂ ਉਹਨੇ ਕੋਲ ਜਾ ਕੇ ਕਤੂਰੇ ਨੂੰ ਚੁੱਕ ਕੇ ਦੇਖਿਆ, ਉਹਦੇ ਪੇਟ 'ਚ ਇੱਕ ਗਲੀ ਸੀ ਜਿਸ 'ਚ ਕੀੜੇ ਪਏ ਸੀ। ਉਹਨੇ ਨਾਲ ਦੇ ਪਿੰਡੋਂ ਜਾ ਕੇ ਪਸ਼ੂਆਂ ਦੇ ਡਾਕਟਰ ਕੋਲੋਂ ਦਵਾਈ ਲੈ ਆਉਂਦੀ, ਨੇਮ ਨਾਲ ਕਤੂਰੇ ਦੀ ਪੱਟੀ ਕਰਨੀ ਸ਼ੁਰੂ ਕਰਤੀ। 10 ਕੁ ਦਿਨਾਂ 'ਚ ਕਤੂਰਾ 9x9 ਹੋ ਗਿਆ। ਉਹ ਚੰਗਾ ਭਲਾ ਭੱਜਣ ਨੱਠਣ ਲੱਗ ਪਿਆ। ਅਚਾਨਕ ਇੱਕ ਦਿਨ ਬੱਸ ਹੇਠ ਆ ਕੇ ਮਰ ਗਿਆ ਤਾਂ ਕੀ ਫਿਰ ਕਤੂਰੇ ਦੀ ਮੌਤ ਵੀ ਅਟਲ ਸੀ ਜਿਹਨੂੰ ਗੁਰਵਿੰਦਰ ਨੇ ਟਾਲਣਾ ਚਾਹਿਆ? ਕਹਿੰਦੇ ਕਿਸੇ ਪਿੰਡ ਦਾ ਟੋਭਾ ਔੜ ਲੱਗ ਜਾਣ ਕਾਰਨ ਸੁੱਕ ਗਿਆ। ਉਸ ਟੋਭੇ ਵਿਚਲੇ ਜੀਵ ਜੰਤੂ ਡੱਡੂ ਕਛੂਆ ਤੜਪ ਤੜਪ ਕੇ ਮਰਨ ਲੱਗੇ। ਇੱਕ ਜੱਟ ਨੂੰ ਉਹਨਾਂ 'ਤੇ ਤਰਸ ਆ ਗਿਆ। ਉਹਨੇ ਆਪਣਾ ਖੂਹ ਚਲਾ ਕੇ ਦੁਬਾਰਾ ਫਿਰ ਟੋਭੇ ਨੂੰ ਭਰਤਾ। ਟੋਭੇ ਵਿਚਲੇ ਜੀਵ ਜੰਤੂ ਦੁਬਾਰਾ ਜੀ ਉੱਠੇ। ਕਹਿੰਦੇ ਹੈ ਕਿ ਉਸ ਜੱਟ ਨੂੰ ਫਿਰ ਸਜ਼ਾ ਮਿਲੀ। ਰੱਬ ਕਹਿੰਦਾ ਮੈਂ ਤਾਂ ਇਹਨਾਂ ਦੀ ਮੁਕਤੀ ਕਰ ਰਿਹਾ ਸੀ, ਤੂੰ ਦੁਬਾਰਾ ਫਿਰ ਉਹਨਾਂ ਨੂੰ ਜੂਨ 'ਚ ਪਾ ਦਿੱਤਾ। ਸੁੱਚੇ ਸੂਰਮੇ ਦੀ ਕਹਾਣੀ ਸਾਰਿਆਂ ਨੇ ਸੁਣੀ ਹੋਣੀ ਹੈ। ਸੁੱਚੇ ਨੂੰ ਸੂਰਮਾ ਬਣਾਉਣ ਵਾਲਾ ਅਤੇ ਕਿੰਨਿਆਂ ਘਰਾਂ ਦੀ ਤਬਾਹੀ ਕਰਵਾਉਣ ਵਾਲਾ ਅਸਲ 'ਚ ਬਲਵੀਰ ਕੌਰ ਦਾ ਬਾਪ ਸੀ, ਜਿਹੜਾ ਪਿੰਡ ਸਰਸੇ ਨੇੜੇ ਰੋੜੀ ਸੀ। ਉਹਨੇ ਆਪਣੀ ਭਰ ਜੋਬਨ ਮੁਟਿਆਰ ਧੀ ਬਲਬੀਰੋ ਦਾ ਰਿਸ਼ਤਾ ਪਿੰਡ ਗਹਿਰੀ ਦੇ ਬੇਹੱਦ ਕਰੂਪ ਇਨਸਾਨ ਜਵਾਹਰ ਸਿੰਘ ਨਾਲ ਕਰ ਦਿੱਤਾ। ਗਹਿਰੀ ਪਿੰਡ ਸੁੱਚੇ ਹੋਰਾਂ ਦਾ ਜੱਦੀ ਪਿੰਡ ਸੀ, ਪਰ ਉਹਨਾਂ ਨੂੰ ਆਪਣੇ ਨਾਨਕੇ ਪਿੰਡ ਸਮਾਓ ਵਿਖੇ ਜ਼ਮੀਨ ਆਉਂਦੀ ਹੋਣ ਕਾਰਨ ਉਹ ਸਮਾਓ ਰਹਿੰਦੇ ਸੀ। ਜਵਾਹਰ ਸਿੰਘ ਸੁੱਚੇ ਹੋਰਾਂ ਦੇ ਸ਼ਰੀਕ ਵਿੱਚੋਂ ਸੀ। ਬਲਬੀਰ ਕੌਰ ਦੀ ਉਡੂ ਉਡੂ ਕਰਦੀ ਜਵਾਨੀ ਨੇ ਜਵਾਹਰ ਸਿੰਘ ਨੂੰ ਆਪਣਾ ਪਤੀ ਮੰਨਣੋਂ ਇਨਕਾਰ ਕਰ ਦਿੱਤਾ। ਨਤੀਜਾ ਇਹ ਹੋਇਆ ਕਿ ਬਲਵੀਰ ਕੌਰ ਨੇ ਜਵਾਹਰ ਸਿੰਘ ਨੂੰ ਕੁਝ ਖਵਾ ਕੇ ਮਾਰ ਦਿੱਤਾ। ਜਵਾਹਰ ਸਿੰਘ ਦੇ ਭੋਗ ਦੇ ਸ਼ਰੀਕੇ ਵਾਲਿਆਂ ਨੇ ਬਲਵੀਰ ਕੌਰ ਨੂੰ ਸੁੱਚੇ ਦੇ ਵੱਡੇ ਭਾਈ ਨਰੈਣੇ ਦੇ ਸਿਰ ਧਰ ਦਿੱਤਾ। ਅੱਗੋਂ ਨਰੈਣਾ ਵੀ ਵੱਡੀ ਉਮਰ ਤੱਕ ਵਿਆਹ ਨਾ ਹੋ ਸਕਣ ਕਾਰਨ ਜਵਾਹਰ ਸਿੰਘ ਨਾਲ ਵਰ ਮੇਚਦਾ ਸੀ, ਪਸੰਦ ਉਹਦੇ ਨਰੈਣਾ ਵੀ ਨਾ ਆਇਆ। ਉੱਧਰ ਸੁੱਚੇ ਦੀ ਆਪਣੇ ਹੀ ਪਿੰਡ ਦੇ ਨਾਮੀ ਪਹਿਲਵਾਨ ਘੁੱਕਰ ਨਾਲ ਪੱਗ ਵਟਾਈ ਹੋਈ ਸੀ। ਦੋਵਾਂ ਦਾ ਇੱਕ ਦੂਜੇ ਦੇ ਘਰ ਆਉਣ ਜਾਣ ਸੀ। ਬਲਬੀਰੋ ਨੂੰ ਘੁੱਕਰ ਆਪਣੇ ਹਾਣ ਪਰਵਾਨ ਦਾ ਲੱਗਾ। ਉਹਨੇ ਫਿਰ ਘੁੱਕਰ ਨਾਲ ਆਪਣੇ ਸੰਬੰਧ ਜੋੜ ਲਏ। ਇਹਦਾ ਨਤੀਜਾ ਸੁੱਚੇ ਹੱਥੋਂ ਹੋਏ 11 ਕਤਲਾਂ 'ਚ ਨਿਕਲਿਆ। ਬਲਬੀਰ ਕੌਰ ਦਾ ਬਾਪ ਆਪਣੀ ਧੀ ਦੇ ਵਾਸਤੇ ਉਹਦੀ ਪਸੰਦ ਦਾ ਵਰ ਟੋਲ ਦਿੰਦਾ ਤਾਂ ਨਾ ਸੁੱਚੇ ਨੂੰ ਸੂਰਮਾ ਬਣਨਾ ਪੈਂਦਾ, ਨਾ ਉਹਦਾ ਘਰ ਤਬਾਹ ਹੁੰਦਾ, ਨਾ ਘੁੱਕਰ ਦੇ ਖਾਨਦਾਨ ਦਾ ਖੁਰਾ ਖੋਜ ਮਿਟਦਾ ਅਤੇ ਨਾ ਬਾਕੀ ਦੇ ਕਤਲ ਹੁੰਦੇ। ਜੇ ਬਲਬੀਰ ਕੌਰ ਦਾ ਬਾਪ ਆਪਣੀ ਸਮਝ ਤੋਂ ਕੰਮ ਲੈਂਦਾ ਤਾਂ ਕਿੱਡੀ ਭਿਆਨਕ ਤਬਾਹੀ ਟਲ ਜਾਣੀ ਸੀ। ਸੁੱਚੇ ਹੋਰੀ ਤਾਂ ਸਾਰੇ ਹਾਲਾਤ ਦੀ ਪੈਦਾਇਸ਼ ਸਨ। ਰਾਜੇ ਸਲਵਾਨ ਅਤੇ ਲੂਣਾ ਦੀ ਕਹਾਣੀ ਵੀ ਬਲਬੀਰ ਕੌਰ ਨਾਲ ਮਿਲਦੀ ਜੁਲਦੀ ਹੈ। ਜੇ ਸਲਵਾਨ ਹੋਸ਼ ਤੋਂ ਕੰਮ ਲੈਂਦਾ ਪੂਰਨ ਨੂੰ ਖੂਹ 'ਚ ਨਾ ਡਿੱਗਣਾ ਪੈਂਦਾ। ਗੁਰਵਿੰਦਰ ਨੂੰ ਬਲਬੀਰ ਕੌਰ ਅਤੇ ਲੂਣਾ ਆਪਸ 'ਚ ਸਖੀਆਂ ਭੈਣਾਂ ਮਹਿਸੂਸ ਹੁੰਦੀਆਂ। ਸੁੱਚਾ ਸੂਰਮਾ ਅਤੇ ਪੂਰਨ ਸਕੇ ਭਰਾ ਲੱਗਦੇ ਹੈ। ਇੰਦਰ ਬਾਣੀਏ ਅਤੇ ਬੇਗੋ ਨਾਰ ਦੀ ਕਹਾਣੀ ਵੀ ਵਿਚਾਰਨਯੋਗ ਹੈ। ਬੇਗੋ ਲਾਹੌਰ ਦੇ ਨੇੜਲੇ ਪਿੰਡ ਸੱਸਾ ਦੇ ਇੱਕ ਹਿੰਦੂ ਗੁੱਜਰ ਕਿਸ਼ਨ ਸਿੰਘ ਦੀ ਧੀ ਸੀ। ਇੱਕ ਵਾਰ ਬੇਗੋ ਨੂੰ ਫੁਲਕਾਰੀ ਕੱਢਣ ਵਾਸਤੇ ਪੱਟ ਦੀ ਲੋੜ ਪੈ ਗਈ। ਪਿੰਡ ਦੀਆਂ ਹੱਟੀਆਂ ਤੋਂ ਉਹਨੂੰ ਪੱਟ ਨਾ ਮਿਲਿਆ, ਪੱਟ ਮਤਲਬ ਰੇਸ਼ਮੀ ਧਾਗਾ, ਪਰ ਦੁਕਾਨਦਾਰਾਂ ਨੇ ਕਿਹਾ ਕਿ 4-5 ਦਿਨਾਂ 'ਚ ਲਾਹੌਰੋਂ ਪੱਟ ਲਿਆ ਦੇਣਗੇ। ਇਸ 'ਤੇ ਬੇਗੋ ਘਰ ਬੈਠ ਕੇ ਪੱਟ ਦੀ ਉਡੀਕ ਕਰਨ ਲੱਗ ਪਈ। ਅਚਾਨਕ ਉਹਦੀ ਇੱਕ ਸਹੇਲੀ ਨੇ ਰਾਏ ਦਿੱਤੀ ਕਿ ਕਿਉਂ ਨਾ ਉਹ ਖੁਦ ਹੀ ਲਾਹੌਰ ਜਾ ਕੇ ਪੱਟ ਖਰੀਦ ਲਿਆਉਣ।
ਨਾਲੇ ਪੱਟ ਖਰੀਦਣ ਦੇ ਬਹਾਨੇ ਉਹ ਲਾਹੌਰ ਘੁੰਮਾਉਣਗੀਆਂ। ਉਂਝ ਘਰਦਿਆਂ ਨੇ ਜਾਣ ਨਹੀਂ ਦੇਣਾ। ਅਸਲ 'ਚ ਉਹ ਗਈਆਂ ਤਾਂ ਲਾਹੌਰ ਘੁੰਮਣ ਸੀ, ਪੱਟ ਖਰੀਦਣਾ ਤਾਂ ਇੱਕ ਬਹਾਨਾ ਸੀ। ਲਾਹੌਰ ਘੁੰਮਦੀਆਂ ਉਹ ਇੰਦਰ ਦੀ ਮੁਨਿਆਰੀ ਦੀ ਦੁਕਾਨ 'ਤੇ ਜਾ ਵੜੀਆਂ। ਬੇਗੋ ਨੂੰ ਦੇਖਣ ਸਾਰ ਜਿਵੇਂ ਇੰਦਰ ਮੂਰਛਤ ਹੋ ਗਿਆ, ਉਹਦੀ ਸੁੱਧ ਬੁੱਧ ਗੁਆਚ ਗਈ। ਉਹਨੂੰ ਆਪਣੇ ਆਪ ਦਾ ਪਤਾ ਨਾ ਰਿਹਾ। ਉਹਨੇ ਬੇਗੋ ਹੋਰਾਂ ਵੱਲੋਂ ਖਰੀਦੇ ਸਮਾਨ ਦੇ ਪੈਸੇ ਲੈਣੋਂ ਵੀ ਇਨਕਾਰ ਕਰ ਦਿੱਤਾ। ਇਸ 'ਤੇ ਬੇਗੋ ਦੀ ਇੱਕ ਸਹੇਲੀ ਕਹਿਣ ਲੱਗੀ, ਤੂੰ ਕਿ ਹੋਰ ਤੂੰ ਸਾਡੇ ਵਾਸਤੇ ਕੀ ਕਰ ਸਕਦਾ। ਇੰਦਰ ਕਹਿਣ ਲੱਗਾ, ਜੋ ਤੁਸੀਂ ਹੁਕਮ ਕਰੋ। ਤਾਂ ਬੇਗੋ ਦੀ ਸਹੇਲੀ ਨੇ ਉਹਨੂੰ ਕਿਹਾ ਵੀ ਤੂੰ ਆਪਣੀ ਹੱਟੀ ਨੂੰ ਅੱਗ ਲਾ ਸਕਦਾ। ਇੰਦਰ ਕਹਿੰਦਾ, ਜੇ ਉਹ ਕੁੜੀ ਮਤਲਬ ਬੇਗੋ ਕਹੇ ਤਾਂ ਮੈਂ ਦੁਕਾਨ ਨੂੰ ਅੱਗ ਲਾ ਸਕਦਾ। ਬਸ ਫਿਰ ਬੇਗੋ ਦੇ ਹਾਂ ਕਹਿਣ ਦੀ ਦੇਰ ਸੀ ਕਿ ਇੰਦਰ ਨੇ ਝੱਟ ਦੁਕਾਨ ਨੂੰ ਅੱਗ ਲਾ ਦਿੱਤੀ। ਦੁਕਾਨ ਨੂੰ ਅੱਗ ਲੱਗੀ ਵੇਖ ਬੇਗੋ ਹੋਰੇ ਡਰ ਕੇ ਭੱਜ ਤੁਰੀਆਂ। ਉਹਨਾਂ ਦੇ ਪਿੱਛੇ ਇੰਦਰ ਹੋ ਤੁਰਿਆ। ਉੱਧਰ ਦੂਜੀਆਂ ਦੁਕਾਨਾਂ ਵਾਲੇ ਉਹਦੀ ਹੱਟੀ ਦੀ ਅੱਗ ਬੁਝਾਉਂਦੇ ਰਹੇ, ਪਰ ਇੰਦਰ ਨੂੰ ਕੋਈ ਪਰਵਾਹ ਨਹੀਂ ਸੀ। ਕਰਦੇ ਕਰਾਉਂਦੇ ਉਹ ਰਾਵੀ ਦਰਿਆ 'ਤੇ ਆ ਗਏ। ਹੁਣ ਬੇਗੋ ਹੋਰਾਂ ਨੂੰ ਡਰ ਲੱਗਣ ਲੱਗਾ ਵੀ ਕਿਤੇ ਸਾਡੇ ਪਿੱਛੇ ਹੀ ਘਰ ਨੂੰ ਨਾ ਆ ਜਾਏ। ਇਹ 'ਤੇ ਬੇਗੋ ਦੀ ਸਹੇਲੀ ਨੇ ਇੰਦਰ ਨੂੰ ਕਿਹਾ ਕਿ ਤੂੰ ਦਰਿਆ 'ਚ ਛਾਲ ਮਾਰ ਸਕਦਾ। ਉਹ ਕਹਿੰਦਾ, ਜੇ ਬੇਗੋ ਕਹੇ ਤਾਂ ਫਿਰ ਮਾਰ ਸਕਦਾ। ਬਸ ਬੇਗੋ ਦੇ ਹਾਂ ਕਹਿਣ ਦੀ ਦੇਰ ਸੀ, ਇੰਦਰ ਨੇ ਝੱਟ ਦਰਿਆ 'ਚ ਛਾਲ ਮਾਰਤੀ। ਇਸ 'ਤੇ ਬੇਗੋ ਦੀਆਂ ਸਹੇਲੀਆਂ ਨੇ ਉਹਨੂੰ ਇੰਦਰ ਦੇ ਪਿਆਰ ਦੀ ਵੰਗਾਰ ਪਾਈ। ਅੰਤ ਉਹ ਵੀ ਰਾਵੀ ਦਰਿਆ ਦੀ ਭੇਟ ਚੜ੍ਹ ਗਈ। ਹੁਣ ਇਹ ਕਹਾਣੀ ਇੱਕੋ ਦਿਨ 'ਚ ਵਾਪਰੀ ਹੈ। ਬੇਗੋ ਤੋਂ ਪਹਿਲਾਂ ਵੀ ਇੰਦਰ ਦੀ ਦੁਕਾਨ 'ਤੇ ਹਜ਼ਾਰਾਂ ਔਰਤਾਂ ਆਈਆਂ ਹੋਣਗੀਆਂ। ਉਹਨਾਂ ਨੂੰ ਵੇਖ ਕੇ ਉਹਨੂੰ ਕੁਛ ਵੀ ਨਹੀਂ ਹੋਇਆ। ਉਹਨਾਂ ਨੂੰ ਉਹਨੇ ਕੋਈ ਵੀ ਚੀਜ਼ ਮੁਫ਼ਤ ਤਾਂ ਕੀ ਦੇਣੀ ਹੋਈ, ਆਨਾ ਦੁਆਨੀ ਵੀ ਘੱਟ ਨਾ ਕੀਤੀ ਹੋਣੀ। ਬਸ ਜਦੋਂ ਉਹਦੀ ਨਜ਼ਰ ਬੇਗੋ ਨਾਲ ਮਿਲੀ ਤਾਂ ਉਹਦੇ ਅੰਦਰ ਡੂੰਘਾ ਦੱਬਿਆ ਪਿਆ ਜਵਾਲਾਮੁਖੀ ਫੁੱਟ ਪਿਆ ਅਤੇ ਸਭ ਪਾਸੇ ਤਬਾਹੀ ਲਿਆਉਂਦਾ ਗਿਆ। ਉਹ ਤਾਂ ਆਪਣੇ ਘਰ ਨੂੰ ਵੀ ਅੱਗ ਲਾ ਸਕਦਾ ਸੀ। ਕਾਰਨ ਇਹ ਸੀ, ਉਹਨੂੰ ਤਾਂ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕੀ ਕਰ ਰਿਹਾ। ਉਹਦੀ ਸਾਰੀ ਸੁੱਧ ਬੁੱਧ ਖਤਮ ਹੋ ਚੁੱਕੀ ਸੀ। ਆਪ ਦਾ ਭਲਾ ਬੁਰਾ ਸੋਚਣ ਦੀ ਸ਼ਕਤੀ ਖਤਮ ਹੋ ਗਈ ਸੀ। ਜੇ ਬਾਣੀਆਂ ਦੀ ਬੇਹੱਦ ਕੰਜੂਸ ਸਮਝੀ ਜਾਂਦੀ ਤੇ ਦਿਲ ਦੀ ਥਾਂ ਦਿਮਾਗ ਤੋਂ ਕੰਮ ਲੈਣ ਵਾਲੀ ਕੌਮ 'ਚ ਅਜਿਹਾ ਬੰਦਾ ਪੈਦਾ ਹੋ ਸਕਦਾ ਤੇ ਬਾਕੀ ਦੂਜੇ ਕਿਤੇ ਪਾਣੀ ਹਾਰ ਹੈ। ਜੇ ਦੇਖਿਆ ਜਾਏ ਤਾਂ ਚੜ੍ਹਦੀ ਜਵਾਨੀ ਵੇਲੇ ਲਗਭਗ ਹਰੇਕ ਮੁੰਡੇ ਅੰਦਰ ਇੰਦਰ ਵਰਗਾ ਇੱਕ ਜਵਾਲਾਮੁਖੀ ਡੂੰਘਾ ਦੱਬਿਆ ਪਿਆ ਹੁੰਦਾ। ਇਹਨਾਂ ਜਵਾਲਾਮੁਖੀਆਂ ਨੂੰ ਚੁਆਤੀ ਲਾਉਣ ਵਾਲੀਆਂ ਕੁੜੀਆਂ ਵੀ ਕਿਧਰੇ ਨਾ ਕਿਧਰੇ ਮੌਜੂਦ ਹਨ। ਬਹੁਤ ਵੱਡੀ ਬਹੁ ਗਿਣਤੀ ਦੀ ਬੱਚਤ ਸਿਰਫ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਉਹਨਾਂ ਦਾ ਸੰਬੰਧਿਤ ਕੁੜੀਆਂ ਨਾਲ ਮੇਲ ਨਹੀਂ ਹੋ ਸਕਿਆ ਹੁੰਦਾ। ਭਾਵ ਸਮਾਂ ਸਥਾਨ ਅਤੇ ਪਾਤਰ ਦਾ ਮਿਲਾਪ ਵਾਲੀ ਤ੍ਰਿਕੋਣ 'ਚ ਸਥਾਨ ਦਾ ਮਿਲਾਪ ਨਹੀਂ ਹੋ ਸਕਿਆ। ਇਸ ਹਿਸਾਬ ਨਾਲ ਵੇਖਿਆ ਜਾਏ ਤਾਂ ਕਿੱਡੀ ਵੱਡੀ ਗਿਣਤੀ 'ਚ ਘਟਨਾਵਾਂ ਟਲਦੀਆਂ ਹਨ। ਵਾਪਰਦੀ ਤਾਂ ਕੋਈ ਕੋਈ ਹੈ ਕਿਉਂਕਿ ਉਹਨਾਂ ਪਾਤਰਾਂ ਦਾ ਆਪਸ 'ਚ ਮਿਲਾਪ ਨਹੀਂ ਹੋਇਆ ਹੁੰਦਾ। ਇਸ ਕਰਕੇ ਉਹ ਰਾਜੀ ਖੁਸ਼ੀ ਆਪਣੀ ਜ਼ਿੰਦਗੀ ਜਿਉਂ ਗਏ ਅਤੇ ਕਿਸੇ ਨੂੰ ਉਹਨਾਂ ਬਾਰੇ ਪਤਾ ਵੀ ਨਹੀਂ ਲੱਗਿਆ। ਇੰਦਰ ਅਤੇ ਗੁਰਵਿੰਦਰ ਦੋਵੇਂ ਇੱਕੋ ਥੈਲੀ ਦੇ ਚੱਟੇ ਵੱਟੇ ਸਨ। ਇੰਦਰ ਵਰਗੇ ਬੰਦੇ ਨੂੰ ਮੁਨਿਆਰੀ ਦੀ ਹੱਟੀ ਪਾਉਣ ਵਾਲਾ ਅਤੇ ਗੁਰਵਿੰਦਰ ਵਰਗੇ ਨੂੰ ਅੱਤ ਦਾ ਮਜਬੂਰ ਕਰਕੇ ਕਿਸੇ ਖਾਸ ਥਾਂ 'ਤੇ ਹੀ ਪੜ੍ਹਾਉਣ ਵਾਲਾ ਮਾਪਾ ਅੰਤ ਨੂੰ ਪਛਤਾਏਗਾ। ਜਿਸ ਦਿਨ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ 'ਤੇ ਹਮਲਾ ਹੋਇਆ, ਸਿਰਫ ਉਸੇ ਦਿਨ ਉਹ ਗੱਡੀ ਦੀ ਪਿਛਲੀ ਸੀਟ 'ਤੇ ਬੈਠੇ ਸੀ, ਨਹੀਂ ਤਾਂ ਹਮੇਸ਼ਾ ਡਰਾਈਵਰ ਦੇ ਨਾਲ ਵਾਲੀ ਅਗਲੀ ਸੀਟ 'ਤੇ ਬੈਠਦੇ ਸੀ। ਅਗਲੀ ਸੀਟ 'ਤੇ ਉਸ ਦਿਨ ਉਹਨਾਂ ਦਾ ਸਾਥੀ ਭਾਈ ਭੁਪਿੰਦਰ ਸਿੰਘ ਖਾਸੀ ਕਲਾਂ ਬੈਠ ਗਿਆ, ਜਿਸ ਨੇ ਪਹਿਰਾਵਾ ਵੀ ਭਾਈ ਰਣਜੀਤ ਸਿੰਘ ਨਾਲ ਮਿਲਦਾ ਜੁਲਦਾ ਪਾਇਆ ਹੋਇਆ ਸੀ। ਹਮਲਾਵਰਾਂ ਨੇ ਭਾਈ ਰਣਜੀਤ ਸਿੰਘ ਦੇ ਭੁਲੇਖੇ 'ਚ ਅਗਲੀ ਸੀਟ 'ਤੇ ਬੈਠੇ ਭਾਈ ਭੁਪਿੰਦਰ ਸਿੰਘ ਨੂੰ ਗੋਲੀਆਂ ਚਲਾ ਕੇ ਮਾਰ ਦਿੱਤਾ। ਹੁਣ ਇਸ ਘਟਨਾ ਵਿੱਚ ਵੀ ਸਮਾਂ ਸਥਾਨ ਅਤੇ ਪਾਤਰ ਵਾਲੀ ਤ੍ਰਿਕੋਣ ਵਿੱਚੋਂ ਭਾਈ ਰਣਜੀਤ ਸਿੰਘ ਦਾ ਬੈਠਣ ਦਾ ਸਥਾਨ ਹੀ ਬਦਲਿਆ ਸੀ, ਉਹ ਵੀ ਸਿਰਫ 2 ਕੁ ਫੁੱਟ। ਬਸ 2 ਕੁ ਫੁੱਟ ਸਥਾਨ ਬਦਲਣ ਨਾਲ ਹੀ ਭਾਈ ਰਣਜੀਤ ਸਿੰਘ ਦੀ ਜਾਨ ਬਚ ਗਈ। ਅਜਿਹੀਆਂ ਘਟਨਾਵਾਂ ਮਹਿਜ਼ ਇਤਫਾਕ ਨਹੀਂ ਹੁੰਦੀਆਂ, ਇਹਨਾਂ ਪਿੱਛੇ ਅਧਿਕ ਸ਼ਕਤੀਆਂ ਕਾਰਜਸ਼ੀਲ ਹੁੰਦੀਆਂ ਜਿਹੜੀਆਂ ਜਿਸ ਕਿਸੇ ਨੂੰ ਬਚਾਉਣਾ ਚਾਹੁਣ ਬਚਾਉਣ ਦੀ ਵਿੱਧ ਬਣਾ ਲੈਂਦੀਆਂ। ਹੁਣ ਇਹ ਕੌਣ ਸੀ ਜਿਹਨੇ ਹਜ਼ਾਰਾਂ ਨਹੀਂ ਸੈਂਕੜੇ ਵਾਰ ਗੁਰਵਿੰਦਰ ਦੇ ਮਨ 'ਚ ਅਚਾਨਕ ਰਸਤਾ ਬਦਲਣ ਬਾਰੇ ਜਾਂ ਨਾਨਕੇ ਜਾਣ ਵਾਲੇ ਵਿਚਾਰ ਲਿਆਉਣੇ? ਸਭ ਕੁਝ ਸੋਚ ਵਿਚਾਰ ਕੇ ਉਹ ਤਾਂ ਇਸ ਸਿੱਟੇ 'ਤੇ ਪਹੁੰਚਿਆ ਕਿ ਉਹਨਾਂ ਦੇ ਸ਼ਹੀਦ ਬਾਬੇ ਹੀ ਸਨ ਜਿਹੜੇ ਸਭ ਕੁਝ ਜਾਣਦੇ ਸਨ ਅਤੇ ਐਨ ਟਾਈਮ ਸਿਰ ਕੋਈ ਵਿਧ ਬਣਾ ਕੇ ਕਰਨ ਵਾਸਤੇ ਪਿਆ ਕੰਮ ਨਿਪਟਵਾ ਲੈਂਦੇ ਸਨ। ਅਤੇ ਜਦੋਂ ਨਾਨੀ ਦਾ ਮਿਲਣ ਨੂੰ ਜੀ ਕਰਦਾ ਹੋਣਾ, ਉਸ ਵੇਲੇ ਗੁਰਵਿੰਦਰ ਦੇ ਮਨ 'ਚ ਵੀ ਨਾਨੀ ਨੂੰ ਮਿਲਣ ਦਾ ਵਿਚਾਰ ਬਣਾ ਕੇ ਉਹਨੂੰ ਉੱਥੇ ਨੂੰ ਭੇਜ ਦਿੰਦੇ ਸੀ। ਰੱਬ ਇਹ ਚੀਜ਼ਾਂ ਹਰਗਿਜ਼ ਨਹੀਂ ਸੀ ਕਰਵਾਉਂਦਾ। ਹਾਂ, ਰੱਬ ਬਹੁਤ ਵੱਡਾ, ਬਹੁਤ ਬੇਅੰਤ ਹੈ, ਬਹੁਤ ਬੇਪਰਵਾਹ ਹੈ। ਜੇ ਚਾਹੇ ਤਾਂ ਸਭ ਕੁਝ ਕਰਵਾ ਸਕਦਾ,
ਪਰ ਜੇ ਗੁਰਵਿੰਦਰ ਨੇ ਆਪਣੇ ਤਜਰਬੇ ਦੇ ਆਧਾਰ 'ਤੇ ਕਹਿਣਾ ਹੋਵੇ ਤਾਂ ਇੰਨੀਆਂ ਬਰੀਕੀਆਂ 'ਚ ਨਹੀਂ ਪੈਂਦਾ। ਤੁਹਾਡੀ ਨਿੱਕੀ ਨਿੱਕੀ ਗੱਲ ਦਾ ਖਿਆਲ ਤਾਂ ਤੁਹਾਡੇ ਵੱਡੇ ਵਡੇਰੇ ਤੁਹਾਡੇ ਆਪਣੇ ਹੀ ਰੱਖਦੇ ਆ। ਆਉਣ ਵਾਲੇ ਸਮੇਂ 'ਚ ਵਾਪਰਨ ਵਾਲੀਆਂ ਚੰਗੀਆਂ ਮਾੜੀਆਂ ਘਟਨਾਵਾਂ ਬਾਰੇ ਤੁਹਾਡੇ ਵੱਡੇ ਵਡੇਰਿਆਂ ਸਿੰਘਾਂ ਸ਼ਹੀਦਾਂ ਨੂੰ ਵੀ ਪਤਾ ਹੁੰਦਾ ਹੈ ਅਤੇ ਉਹ ਮਾੜੀਆਂ ਘਟਨਾਵਾਂ ਤੋਂ ਵੀ ਤੁਹਾਡੀ ਰੱਖਿਆ ਕਰਦੇ ਆ ਜਾਂ ਆਪਣੇ ਵੱਲੋਂ ਰੱਖਿਆ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਆ। ਧੰਨਵਾਦ।